ਵੰਝਿਆ ਦੀ ਕੂਕ ਚੋਂ ਤੇ ਵੰਝਲੀ ਦੀ ਹੂਕ ਚੋਂ ਖੇਤਾਂ ਚੋਂ ਹਵਾਵਾਂ ਚੋਂ ਕਾਲੀਆਂ ਕਟਾਵਾਂ ਚੋਂ ਤੁੰਬੇ ਦੀ ਤਾਰ ਤੋਂ ਤੇ ਤੁੰਬੀ ਦੀ ਟਣਕਾਰ ਚੋਂ ਢੋਲਕੀ ਦੀ ਥਾਪ ਚੋਂ ਸਰਗਮ ਚੋਂ ਅਲਾਪ ਚੋਂ ਉਪਜਦੇ ਨੇ ਜਜ਼ਬਿਆਂ ਚੋਂ ਮਿੱਠੇ ਮਿੱਠੇ ਗੀਤ ਤੇ ਕੁੜਦਾ ਹੈ ਹਵਾਵਾਂ ਵਿੱਚ ਰੂਹਾਨੀ ਸੰਗੀਤ ਸੱਜ ਗਈ ਹੈ ਜੀ ਸਾਡੇ ਵੇੜੇ ਸੁਰਾਂ ਦੀ ਜੰਝ ਨਾਮ ਰੱਖਿਆ ਹੈ ਵੌਇਸ ਆਫ ਪੰਜਾਬ ਸੀਜ਼ਨ 5 ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਸਾਰਿਆਂ ਦਾ ਸਾਹਿਲ ਵਿਡੋਲੀਆ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਜੀਤ ਸਿੰਘ ਤੇ ਇੱਕ ਵਾਰ ਫਿਰ ਅਸੀਂ ਲੈ ਕੇ ਹਾਜ਼ਰ ਹਾਂ ਜੀ ਸੁਰਾਂ ਦਾ ਮਹਾਂ ਸੰਗਰਾਮ ਨਾਮ ਹੈ ਜਿਸਦਾ ਪੀਟੀਸੀ ਪੰਜਾਬੀ ਪ੍ਰੈਜ਼ੈਂਟ ਰਾਇਲ ਸਟੈਗ ਵੌਇਸ ਆਫ ਪੰਜਾਬ ਸੀਜ਼ਨ 5 ਤੇ ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਹਨ ਜੀ ਵੈਸਲਿਨ ਤੇ ਅਮੁਲ ਪਾਵਰਡ ਬਾਈ ਕੋਲਗੇਟ ਡੈਂਟਲ ਕਰੀਮ ਤੇ ਸਾਡੇ ਸ਼ੋਅ ਦੇ ਐਸੋਸੀਏਟ ਸਪਾਂਸਰਸ ਨੇ ESS ਗਲੋਬਲ ਆਈਬਾਲ ਐਂਡੀ ਸਮਾਰਟਫੋਨ ਐਂਡ ਬਜਾਜ ਆਮਨ ਡ੍ਰੌਪ ਹੇਅਰ ਆਇਲ ਟੈਲੀਕਾਮ ਪਾਰਟਨਰ ਆਈਡੀਆ ਬੈਂਕਿੰਗ ਪਾਰਟਨਰ ਫੈਡਰਲ ਬੈਂਕ ਐਂਡ ਆਟੋਮੋਬਾਈਲ ਪਾਰਟਨਰ ਮਹਿੰਦਰਾ ਸਕਾਰਪੀਓ ਤੇ ਦੋਸਤੋ ਸਾਡਾ ਇਹ ਬਹੁਤ ਹੀ ਸ਼ਾਨਦਾਰ ਮਹਾਂ ਮੁਕਾਬਲਾ ਪਹੁੰਚ ਚੁੱਕਿਆ ਜੀ ਆਪਣੇ ਤੀਸਰੇ ਦੌਰ ਦੇ ਵਿੱਚ ਬਹੁਤ ਹੀ ਕਾਮਯਾਬੀ ਤੇ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਬਿਲਕੁਲ ਜੀ ਦੋਸਤੋ ਤੀਸਰੇ ਦੌਰ ਵਿੱਚ ਚੱਲ ਰਹੇ ਨੇ ਮਿੱਟੀ ਦੀ ਮਹਿਕ ਵੰਡਦੇ ਲੋਕ ਤੇ ਪਾਰੰਪਰਿਕ ਗੀਤਾਂ ਦੇ ਮੁਕਾਬਲੇ ਤੇ ਮਿੱਤਰੋ ਤੀਸਰੇ ਦੌਰ ਵਿੱਚ ਪਹੁੰਚੇ 15 ਕੰਟੈਸਟੈਂਟਸ ਦੇ ਵਿੱਚੋਂ ਪਿਛਲੇ ਐਪੀਸੋਡ ਵਿੱਚ ਪਹਿਲੇ 7 ਕੰਟੈਸਟੈਂਟਸ ਨੇ ਆਪਣੇ ਮਿੱਠੇ ਲੋਕ ਗੀਤਾਂ ਤੇ ਪਰੰਪਰਾਵਾਦੀ ਗੀਤਾਂ ਦੇ ਨਾਲ ਸਭ ਦਾ ਮਨ ਮੋਹ ਲਿਆ ਸੀਗਾ ਤੇ ਉਹਨਾਂ ਵਿੱਚੋਂ ਸਾਡੇ ਜੱਜਿਸ ਨੇ ਆਪਣੀ ਪਸੰਦ ਨਾਲ ਕੰਟੈਸਟੈਂਟ ਨੂੰ ਚੁਣਿਆ ਸੀ ਆਪੋ ਆਪਣੀ ਟੀਮਾਂ ਵਾਸਤੇ ਬਾਕੀ ਦੇ ਬੱਚੇ 8 ਕੰਟੈਸਟੈਂਟਸ ਦੇ ਦਰਮਿਆਨ ਹੋਏਗਾ ਅੱਜ ਲੋਕ ਤੇ ਪਾਰੰਪਰਿਕ ਗੀਤਾਂ ਦਾ ਮਹਾਂ ਮੁਕਾਬਲਾ ਤੇ ਇਹ ਕੰਟੈਸਟੈਂਟ ਸਿਲੈਕਟ ਕੀਤੇ ਜਾਣਗੇ ਸਾਡੇ ਜੱਜਿਸ ਵੱਲੋਂ ਆਪਣੀਆਂ ਟੀਮਾਂ ਵਾਸਤੇ ਤਾਂ ਫਿਰ ਦੋਸਤੋ ਤੁਹਾਨੂੰ ਮਿਲਵਾਉਣੇ ਆ ਅੱਜ ਦੇ ਇਸ ਮੁਕਾਬਲੇ ਦੇ 8 ਕੰਟੈਸਟੈਂਟਸ ਦੇ ਨਾਲ ਜ਼ੋਰਦਾਰ ਤਾੜੀ ਨਾਲ ਸਵਾਗਤ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਿਮਰਨ ਸਿੰਘ ਅੱਜ ਮੈਂ ਫੋਕ ਰਾਉਂਡ ਦੇ ਵਿੱਚ ਪਰਫੋਰਮ ਕਰਨ ਜਾ ਰਿਹਾ ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਬਹੁਤ ਵਧੀਆ ਪਰਫੋਰਮ ਕਰਾਂਗਾ ਤੇ ਜੱਜਿਸ ਦਾ ਦਿਲ ਜਿੱਤਾਂਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਣਵੀਰ ਸਿੰਘ ਹੈ ਲੋਕ ਗੀਤਾਂ ਦਾ ਮੁਕਾਬਲਾ ਹੋਣ ਜਾ ਰਿਹਾ ਤੇ ਮੈਨੂੰ ਪੂਰਾ ਆਪਣੇ ਆਪ 'ਤੇ ਭਰੋਸਾ ਹੈ ਕਿ ਮੈਂ ਵਧੀਆ ਗਾ ਕੇ ਵਧੀਆ ਪਰਫੋਰਮ ਕਰਕੇ ਤੁਹਾਡੇ ਸਾਰਿਆਂ ਦੇ ਦਿਲਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਜੀ ਮੋਹਨ ਹਸਨ ਅੱਜ ਫੋਕ ਰਾਉਂਡ ਹੈ ਜੀ ਮੈਂ ਅੱਜ ਪਰਫੋਰਮ ਕਰਨ ਜਾ ਰਿਹਾ ਮੈਨੂੰ ਵਿਸ਼ਵਾਸ ਹੈ ਕਿ ਮੈਂ ਵਧੀਆ ਪਰਫੋਰਮ ਕਰੂੰਗਾ ਮੈਂ ਪਾਈ ਹੋਈ ਹੈ ਸੁਰਾਂ ਦਸਾਂਝ ਮੇਰਾ ਨਾਮ ਹੈ ਬੈਨਟ ਦਸਾਂਝ ਔਰ ਮੈਂ ਪੂਰੀ ਮਿਹਨਤ ਕੀਤੀ ਹੈ ਔਰ ਤੇਜਵੰਤ ਕਿੱਟੂ ਜੀ ਨੇ ਪੂਰੀ ਮਿਹਨਤ ਦੇ ਨਾਲ ਮੈਨੂੰ ਇਹ ਸੌਂਗ ਤਿਆਰ ਕਰਾਇਆ ਔਰ ਮੈਂ ਆਸ ਕਰਦਾ ਕਿ ਅੱਜ ਮੈਂ ਪੂਰਾ ਜੱਜਾਂ ਨੂੰ ਇੰਪ੍ਰੈਸ ਕਰਾਂਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਲੀਨ ਕੌਰ ਹੈ ਅੱਜ ਫੋਕ ਰਾਉਂਡ ਹੈ ਅਤੇ ਮੈਂ ਅੱਜ ਆਪਣਾ ਬੈਸਟ ਦੇਣਾ ਹੈ ਅਤੇ ਜੱਜਿਸ ਨੂੰ ਇੰਪ੍ਰੈਸ ਕਰਨਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਦਿਪਤੀ ਅੱਜ ਫੋਕ ਰਾਉਂਡ ਹੈ ਔਰ ਨਰਵਸਨੈਸ ਘੱਟ ਹੈ ਔਰ ਮੈਂ ਪੂਰਾ ਆਪਣਾ ਬੈਸਟ ਦੇਵਾਂਗੀ ਔਰ ਜੱਜਿਸ ਨੂੰ ਇੰਪ੍ਰੈਸ ਕਰਕੇ ਆਵਾਂਗੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਅੰਜੁਸ਼ਾ ਸ਼ਰਮਾ ਹੈ ਔਰ ਸਾਡਾ ਅੱਜ ਫੋਕ ਰਾਉਂਡ ਹੈ ਪਰਫੋਰਮੈਂਸ ਲਈ ਸਾਨੂੰ ਬਹੁਤ ਅੱਛਾ ਪਰਫੋਰਮ ਕਰਨਾ ਹੈ ਸਾਨੂੰ ਜੱਜਿਸ ਨੂੰ ਆਪਣਾ ਬੈਸਟ ਤੋਂ ਬੈਸਟ ਪਰਫੋਰਮੈਂਸ ਦੇਣਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਨੇਹਾ ਸ਼ਰਮਾ ਅੱਜ ਸਾਡਾ ਫੋਕ ਸੌਂਗ ਰਾਊਂਡ ਹੈ ਔਰ ਕਿੱਟੂ ਸਰ ਨੇ ਸਾਡੀ ਬਹੁਤ ਸਾਰੀ ਤਿਆਰੀ ਕਰਾਈ ਹੈ ਵੈਸੇ ਅੱਜ ਦੇ ਰਾਊਂਡ ਵਿੱਚ ਕੋਈ ਵੀ ਐਲੀਮੀਨੇਸ਼ਨ ਨਹੀਂ ਹੈ ਬਟ ਫਿਰ ਵੀ ਅਸੀਂ ਆਪਣਾ ਬੈਸਟ ਦੇ ਕੇ ਜੱਜਿਸ ਨੂੰ ਇੰਪ੍ਰੈਸ ਕਰਾਂਗੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਸੋ ਬਾਕੀ ਦੇ ਬੱਚੇ 8 ਕੰਟੈਸਟੈਂਟਸ ਪੂਰੇ ਤਿਆਰ ਨੇ ਜੀ ਕਿੰਨੇ ਸੋਹਣੇ ਲੱਗ ਰਹੇ ਹੋ ਤੁਸੀਂ ਸਾਰੇ ਜਣੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜੀਆਂ ਨੂੰ ਚੱਕ ਦਿਓ ਫਟੇ ਅੱਜ ਤਿਆਰ ਹੋ ਜੀ ਹਾਂਜੀ ਬਿਲਕੁਲ ਲੋਕ ਗੀਤ ਤੇ ਪਰੰਪਰਾਵਾਦੀ ਗੀਤਾਂ ਨਾਲ ਸਾਰਿਆਂ ਦਾ ਮਨ ਮੋਹ ਲੈਣਾ ਤੁਸੀਂ ਵੀ ਅੱਜ ਸੋ ਸਾਰੇ ਆਪਣੇ ਮਨ ਦੇ ਵਿੱਚ ਸੋਚ ਕੇ ਆਏ ਹੋਣਗੇ ਕਿ ਅਸੀਂ ਇਹਨਾਂ ਦੀ ਟੀਮ ਦੇ ਵਿੱਚ ਜਾਣਾ ਇਹਨਾਂ ਦੀ ਟੀਮ ਦੇ ਵਿੱਚ ਜਾਣਾ ਪਰ ਪਤਾ ਚੱਲੂਗਾ ਤੁਹਾਡੀ ਪਰਫਾਰਮੈਂਸ ਤੋਂ ਬਾਅਦ ਕਿ ਤੁਸੀਂ ਕਿਹਨਾਂ ਦੀ ਟੀਮ ਦੇ ਵਿੱਚ ਜਾਂਦੇ ਹੋ ਚਲੋ ਫਿਰ ਬੈਸਟ ਆਫ ਲੱਕ ਥੈਂਕ ਯੂ ਤੇ ਮਿੱਤਰੋ ਹੁਣ ਅਸੀਂ ਸਵਾਗਤ ਕਰਨਾ ਚਾਹਾਂਗੇ ਜੀ ਅਸੀਂ ਬਹੁਤ ਹੀ ਆਪਣੇ ਮਾਣਯੋਗ ਤੇ ਬਹੁਤ ਹੀ ਪਿਆਰੇ ਜੱਜ ਸਾਹਿਬਾਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਦੇ ਨਾਲ ਹੀ ਨਾਲ ਗੁਰਜੀਤ ਤੇ ਤੁਹਾਨੂੰ ਇਹ ਵੀ ਅਸੀਂ ਦੱਸਣਾ ਚਾਹਾਂਗੇ ਕਿ ਸਾਡੇ ਜੱਜਿਸ ਦੀ ਟੀਮਾਂ ਦੇ ਨਾਮ ਨੇ ਸਲੀਮ ਜੀ ਦੀ ਟੀਮ ਦਾ ਨਾਮ ਹੈ ਸਰਗਮ ਸਤਿ ਸ਼੍ਰੀ ਅਕਾਲ ਸਲੀਮ ਭਾਜੀ ਸਤਿ ਸ਼੍ਰੀ ਅਕਾਲ ਸਾਹਿਲ ਸਤਿ ਸ਼੍ਰੀ ਅਕਾਲ ਗੁਰਜੀਤ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੀ ਟੀਮ ਦਾ ਨਾਮ ਸਰਗਮ ਹੈ ਤੇ ਜਿਹੜਾ ਵੀ ਮੇਰੀ ਟੀਮ 'ਚ ਆਏਗਾ ਉਹ ਅੱਛਾ ਗਾਏਗਾ ਯੈਸ ਠੀਕ ਹੈ ਮਿਹਰਬਾਨੀ ਸ਼ੁਕਰੀਆ ਤੇ ਸਚਿਨ ਭਾਈ ਦੀ ਟੀਮ ਦਾ ਨਾਮ ਹੈਗਾ ਜੀ ਸੁਰਤਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਜੋ ਸਾਡੀ ਆਡੀਅੰਸ ਦੇਖ ਰਹੀ ਹੈ ਉਹਨਾਂ ਨੂੰ ਕੰਟੈਸਟੈਂਟਸ ਨੂੰ ਮਿਊਜ਼ੀਸ਼ੀਅਨਸ ਨੂੰ ਮੇਰੀ ਟੀਮ ਦਾ ਨਾਮ ਹੈ ਸੁਰਤਾਲ ਤੇ ਜਿਹਨੇ ਮੇਰੀ ਟੀਮ ਜਾਣਾ ਉਹਨੇ ਉਹਨੂੰ ਸੁਰ 'ਚ ਵੀ ਗਾਉਣਾ ਪੈਣਾ ਹੈ ਅਤੇ ਤਾਲ 'ਚ ਵੀ ਗਾਉਣਾ ਪੈਣਾ ਸੋ ਆਲ ਦ ਬੈਸਟ ਥੈਂਕ ਯੂ ਸੋ ਮਚ ਸਜਨ ਭਾਜੀ ਤੇ ਸਾਡੇ ਲਖਵਿੰਦਰ ਭਾਜੀ ਦੀ ਟੀਮ ਦਾ ਨਾਮ ਹੈ ਅਲਾਪ ਸਤਿ ਸ਼੍ਰੀ ਅਕਾਲ ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਪੀ ਟੂ ਆਲ
ਸੋ ਭਾਅ ਜੀ ਅੱਜ ਫਿਰ ਕੰਪੀਟੀਸ਼ਨ ਪੂਰਾ ਰਹੂਗਾ ਤੁਹਾਡੇ ਆਪਸ ਦੇ ਵਿੱਚ ਵੀ ਕੰਪੀਟੀਸ਼ਨ ਮੇਰੇ ਆਲੇ ਦੁਆਲੇ ਬੈਠਾ ਹੋਇਆ ਕਿਹਨੇ ਹੱਥ ਖੜਾ ਪਹਿਲਾਂ ਕਰਨਾ ਹਨਾ ਹਾਂ ਅੱਜ ਦੇਖਦੇ ਹਾਂ ਕੀ ਬਾਤ ਹੈ ਜੀ ਸੋ ਬੜਾ ਰੋਮਾਂਚਕ ਹੋਏਗਾ ਇਹ ਦੇਖਣਾ ਕਿ ਕਿਹੜੇ ਕਿਹੜੇ ਕੰਟੈਸਟੈਂਟ ਕਿੰਨਾ ਕਿੰਨਾ ਦੀ ਟੀਮ ਦੇ ਵਿੱਚ ਜਾਂਦੇ ਨੇ ਥੈਂਕ ਯੂ ਸੋ ਮਚ ਜੀ ਰੋਸ਼ਨ ਭਾਅ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਤੁਸੀਂ ਲਾਸਟ ਐਪੀਸੋਡ ਵਿੱਚ ਸਾਡੇ ਨਾਲ ਸੀਗੇ ਸੱਤ ਕੰਟੈਸਟੈਂਟਸ ਨੇ ਆਪਣੀ ਪਰਫਾਰਮੈਂਸ ਦਿੱਤੀ ਸੀ ਉਸ ਤੋਂ ਬਾਅਦ ਉਹ ਸਾਡੇ ਜੱਜਿਸ ਦੀ ਟੀਮਸ ਦੇ ਵਿੱਚ ਗਏ ਅੱਜ 8 ਕੰਟੈਸਟੈਂਟਸ ਸਾਡੇ ਨਾਲ ਨੇ ਸੋ ਕਿਸ ਤਰ੍ਹਾਂ ਦੀ ਐਕਸਾਈਟਮੈਂਟ ਹੈ ਇਹਨਾਂ ਨੂੰ ਸੁਣਨ ਵਾਸਤੇ ਪਿਛਲੇ ਐਪੀਸੋਡ 'ਚ ਵੀ ਬਹੁਤ ਮਜ਼ਾ ਆਇਆ ਸੀ ਔਰ ਮੈਨੂੰ ਲੱਗਦਾ ਕਿਉਂਕਿ ਇਹ ਸਾਰੇ ਸੁਰੀਲੇ ਫਨਕਾਰ ਨੇ ਸੋਹਣੇ ਆਰਟਿਸਟ ਨੇ ਔਰ ਇੰਨੇ ਗੁਣੀ ਜਨ ਜਿਹੜੇ ਸਾਡੇ ਜੱਜ ਸਾਹਿਬਾਨ ਉਹ ਇਹਨਾਂ ਨੂੰ ਚੁਣ ਕੇ ਲੈ ਕੇ ਆਏ ਆ ਤਾਂ ਸੁਰੀਲਾ ਹੀ ਗਾਉਣਗੇ ਵਧੀਆ ਹੀ ਗਾਉਣਗੇ ਇਸ ਗੱਲ ਦੀ ਉਮੀਦ ਮੈਂ ਕਰਦਾ ਬਾਕੀ ਤੁਹਾਨੂੰ ਸਾਰਿਆਂ ਨੂੰ ਆਲ ਦਾ ਬੈਸਟ ਛਾ ਜਾਓ ਕੱਢ ਕੇ ਗਾਓ ਹੋਰ ਮਿਹਨਤ ਨਾਲ ਗਾਓ ਥੈਂਕ ਯੂ ਰੋਸ਼ਨ ਬਾਜੀ ਅਤੇ ਮਿੱਤਰੋ ਇਹਦੇ ਨਾਲ ਹੀ ਅਸੀਂ ਸਲਿਊਟ ਕਰਦੇ ਹਾਂ ਜੀ ਸਾਡੇ ਕੰਟੈਸਟੈਂਟ ਦੇ ਸੁਰਾਂ ਨੂੰ ਤਰਾਸ਼ ਕੇ ਇਹਨਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਸਿਖਾਉਣ ਵਾਲੇ ਇਹਨਾਂ ਦੇ ਮੈਂਟਰ ਤੇਜਵੰਤ ਕਿੱਟੂ ਜੀ ਨੂੰ ਜ਼ੋਰਦਾਰ ਤਾੜੀਆਂ ਜੀ ਤੇਜਵੰਤ ਕਿੱਟੂ ਜੀ ਦੇ ਲਈ ਅਤੇ ਇਸ ਦੇ ਨਾਲ ਹੀ ਨਾਲ ਅਸੀਂ ਸਵਾਗਤ ਕਰਦੇ ਹਾਂ ਜੀ ਸਾਡੇ ਕੰਟੈਸਟੈਂਟਸ ਦੇ ਗੀਤਾਂ ਦੀ ਜਾਣ ਯਾਨੀ ਕਿ ਸਾਡੇ ਸਾਥੀ ਸਾਜਿੰਦਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਫਿਰ ਪਿੜ ਸੱਜ ਚੁੱਕਿਆ ਅਤੇ ਢੋਲ ਤੇ ਡਗਾ ਵੱਜ ਚੁੱਕਿਆ ਤਾਂ ਮਿੱਤਰਾ ਸਾਰਿਆਂ ਦੀਆਂ ਅੱਡੀਆਂ ਨੱਚਣ ਲਈ ਨੇ ਬੇਕਰਾਰ ਤਾਂ ਫਿਰ ਸ਼ੁਰੂ ਕਰੀਏ ਅੱਜ ਦਾ ਮੁਕਾਬਲਾ ਮੇਰੇ ਯਾਰ ਉਹ ਖੜ ਜਾ ਮੁੰਡਿਆ ਕਰਾਂਗੇ ਸ਼ੁਰੂ ਮੁਕਾਬਲਾ ਵੀ ਪਰ ਉਸ ਤੋਂ ਪਹਿਲਾਂ ਆਪਾਂ ਇਸ ਮੁਕਾਬਲੇ ਦੇ ਰੂਲਸ ਤੇ ਰੈਗੂਲੇਸ਼ਨ ਦਾ ਦੱਸ ਦਈਏ ਬਿਲਕੁਲ ਜੀ ਬਿਲਕੁਲ ਰੂਲਸ ਰੈਗੂਲੇਸ਼ਨ ਬਹੁਤ ਸਿੰਪਲ ਨੇ ਜੀ ਅੱਜ ਦੇ 8 ਕੰਟੈਸਟੈਂਟਸ ਨੇ ਵੀ ਆਪੋ ਆਪਣੀ ਪਸੰਦ ਦੇ ਲੋਕ ਤੇ ਪਰੰਪਰਾਵਾਦੀ ਗੀਤ ਗਾਉਣੇ ਨੇ ਜੀ ਤੇ ਉਸ ਤੋਂ ਬਾਅਦ ਸਾਡੇ ਜੱਜਿਸ ਆਪਣੀ ਆਪਣੀ ਪਸੰਦ ਨਾਲ ਚੁਣਨਗੇ ਇਹਨਾਂ ਕੰਟੈਸਟੈਂਟਸ ਨੂੰ ਆਪਣੀਆਂ ਟੀਮਾਂ ਲਈ ਇਸ ਦੇ ਨਾਲ ਹੀ ਨਾਲ ਅੱਜ ਦੀ ਖਾਸ ਗੱਲ ਇਹ ਹੋਏਗੀ ਕਿ ਇਹਨਾਂ 8 ਕੰਟੈਸਟੈਂਟਸ ਦੇ ਵਿੱਚੋਂ ਕੋਈ ਵੀ ਇੱਥੇ ਇਲੀਮੀਨੇਟ ਦੇ ਹੋਏਗਾ ਤਾੜੀਆਂ ਮਾਰ ਦਿਓ ਇਸ ਲਈ ਲਓ ਜੀ ਹੋ ਗਿਆ ਸਭ ਕੁਝ ਕਲੀਅਰ ਸੋ ਚੱਕ ਦਿਓ ਫੱਟੇ ਵਿਦਆਊਟ ਐਨੀ ਫੀਅਰ ਮਾਈ ਡੀਅਰ ਓਏ ਹੋਏ 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 ਕੀ ਬਾਤ ਹੈ ਦੇਖੋ ਜੀ ਦੋਸਤੋ ਸਾਡਾ ਗੁਰਜੀਤ ਦਾ ਥੋੜ੍ਹਾ ਜਿਹਾ ਪੁੱਠਾ ਹੈ ਕੀ ਹੁੰਦਾ ਜਦੋਂ ਪੋਪ ਸੌਂਗ ਰਾਊਂਡ ਹੁੰਦਾ ਉਦੋਂ ਇਹ ਦੇਸੀ ਬਣ ਜਾਂਦਾ ਤੇ ਜਦੋਂ ਲੋਕ ਤੇ ਪਾਰੰਪਰਿਕ ਗੀਤਾਂ ਦਾ ਮੁਕਾਬਲਾ ਹੁੰਦਾ ਉਦੋਂ ਇਹ ਅੰਗਰੇਜ਼ੀ ਬੋਲਣ ਲੱਗ ਜਾਂਦਾ ਇਸ ਸਟਾਈਲ ਮੇ ਰਹਿਣੇ ਗਏ ਚਲ ਬਹੁਤ ਵਧੀਆ ਆਪਾਂ ਅੱਗੇ ਸ਼ੁਰੂ ਕਰਦੇ ਜੀ ਮੁਕਾਬਲਾ ਤੇ ਬੁਲਾਉਂਦੇ ਹਾਂ ਜੀ ਸਾਡੇ ਪਹਿਲੇ ਕੰਟੈਸਟੈਂਟ ਨੂੰ ਆ ਰਿਹਾ ਜੀ ਸਾਡਾ ਬਹੁਤ ਹੀ ਖਾਸ ਸਿਮਰਨ ਸਿੰਘ ਕਿੱਦਾਂ ਸਿਮਰਨ ਵਧੀਆ ਜੀ ਠੀਕ ਠਾਕ ਪਹਿਰਾਵਾ ਬੜਾ ਘੈਂਟ ਪਾਇਆ ਮੁੰਡਿਆ ਬਹੁਤ ਘੈਂਟ ਲੱਗ ਰਿਹਾ ਥੈਂਕ ਯੂ ਜੀ ਸੋ ਅੱਜ ਫਿਰ ਪੂਰੀ ਤਿਆਰੀ ਹਾਂਜੀ ਅੱਛਾ ਫਿਰ ਸਿਮਰਨ ਆਪਾਂ ਅੱਗੇ ਗੱਲ ਕਰੀਏ ਗੀਤ ਦੇ ਬਾਰੇ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨਾ ਦੀ ਟੀਮ ਦੇ ਵਿੱਚ ਜਾਣਾ ਪਸੰਦ ਕਰੋਗੇ ਇਹ ਤਾਂ ਕਹਿਣਾ ਮੁਸ਼ਕਿਲ ਹੈ ਜੀ ਨਾ ਨਾ ਭਾਜੀ ਦੱਸਣਾ ਪੈਣਾ ਸਾਹਿਲ ਨੇ ਕੱਲ ਵੈਸੇ ਮੈਨੂੰ ਦੱਸਿਆ ਸੀਗਾ ਜੋ ਰਿਹਰਸਲ ਕਰ ਰਿਹਾ ਸੀ ਨਾ ਭਾਜੀ ਇਹਨੇ ਦੱਸਿਆ ਸੀਗਾ ਹੌਲੀ ਦੇ ਕੇ ਅੱਜ ਲੁਕੋ ਰਿਹਾ ਇਹ ਦੱਸ ਦੇ ਤੂੰ ਦੱਸ ਦੇ ਨਹੀਂ ਤਾਂ ਮੈਂ ਦੱਸ ਦੇਣਾ ਦੱਸੋ ਲਖਵਿੰਦਰ ਸਰ ਜੀ ਲਖਵਿੰਦਰ ਸਰ ਦੀ ਟੀਮ ਦੇ ਵਿੱਚ ਆਏ ਹੈ ਕੀ ਬਾਤ ਚਲੋ ਫਿਰ ਦੇਖਦੇ ਹਾਂ ਕਿੰਨੇ ਦੀ ਟੀਮ ਦੇ ਵਿੱਚ ਤੁਸੀਂ ਜਾਂਦੇ ਹੋ ਸਾਨੂੰ ਇਹ ਦੱਸੋ ਕਿ ਅੱਜ ਗੀਤ ਕਿਹੜਾ ਗਾਓਗੇ ਮੈਂ ਜੀ ਲੋਕ ਗੀਤ ਮਿਰਜ਼ਾ ਗਾਉਣ ਜਾ ਰਿਹਾ ਜੀ ਵਾਹ ਜੀ ਵਾਹ ਤਾੜੀਆਂ ਮਾਰ ਦਿਓ ਜੀ ਗ੍ਰੇਟ ਸੋ ਜੀ ਫਿਰ ਅੱਜ ਦੇ ਮੁਕਾਬਲੇ ਦੀ ਸ਼ੁਰੂਆਤ ਮਿਰਜ਼ੇ ਦੇ ਨਾਲ ਹੋਣ ਜਾ ਰਹੀ ਹੈ ਸੋ ਆਲ ਦਾ ਵੈਰੀ ਬੈਸਟ ਵੀਰੇ ਥੈਂਕ ਯੂ ਜੀ ਓਕੇ ਚੱਕ ਦਿਓ ਫਟੇ
ਹੋਰ ਜੀ ਅੱਜ ਪਹਿਲੇ ਕੰਟੈਸਟੈਂਟ ਸੀਗੇ ਤੁਸੀਂ ਤੀਸਰੇ ਦੌਰ ਦੇ ਆਪਣੇ ਐਪੀਸੋਡ ਦੇ ਕਿ ਨਹੀਂ ਉਹ ਤੁਸੀਂ ਕਿਹਾ ਸੀਗਾ ਲਖਵਿੰਦਰ ਭਾਜੀ ਵੱਲ ਜਾਣਾ ਚਾਹੁੰਦੇ ਪਰ ਇੱਧਰ ਹੱਥ ਪਹਿਲਾਂ ਸਲੀਮ ਭਾਈ ਨੇ ਖੜਾ ਕਰ ਦਿੱਤਾ ਹਾਂਜੀ ਹਾਂਜੀ ਅਸੀਂ ਮਰਜ਼ੀ ਕਰ ਲਓ ਅਸੀਂ ਨਾ ਐਕਚੁਅਲੀ ਤਾੜੀਆਂ 'ਚ ਬਿਜ਼ੀ ਹੋ ਗਏ ਸੀ ਅਸੀਂ ਭੁੱਲ ਹੀ ਗਏ ਸੀ ਕਿ ਵੀ ਇਹ ਵੀ ਕਰਨਾ ਮੈਂ ਇਹਨਾਂ ਨੂੰ ਚੋਰੀ ਚੋਰੀ ਬਿਜ਼ੀ ਕਰਤਾ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਲੈਪ ਕਰੋ ਪੂਰੇ ਗਾਣੇ 'ਚ ਅਸੀਂ ਕਲੈਪ ਕਰਦੇ ਰਹੇ ਕਦੀ ਕਿੱਦਾਂ ਕਦੀ ਕਿੱਦਾਂ ਮੈਂ ਇਹਨਾਂ ਨੂੰ ਉਹਦੇ 'ਚ ਬਿਜ਼ੀ ਕਰਕੇ ਮੈਂ ਕਿਹਾ ਮੁੰਡਾ ਆਪਣੀ ਟੀਮ 'ਚ ਵਾੜ ਮਤਲਬ ਅੱਜ ਬਾਜ਼ੀ ਸਲੀਮ ਭਾਜੀ ਮਾਰ ਗਏ ਕੱਲ੍ਹ ਦੇ ਐਪੀਸੋਡ ਵਿੱਚ ਥੋੜ੍ਹਾ ਪਿੱਛੇ ਰਹਿ ਗਏ ਫਾਡੀ ਰਹਿ ਗਏ ਸੀਗੇ ਪਰ ਅੱਜ ਕਹਿੰਦੇ ਛੱਡਣਾ ਨਹੀਂ ਹੈਗਾ ਆਪਾਂ ਨੇ ਲਓ ਜੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਹੁਣ ਸਰਗਮ ਟੀਮ ਵਿੱਚ ਸਲੀਮ ਭਾਜੀ ਟੀਮ ਵਿੱਚ ਚਲੇ ਗਏ ਹੋ ਜੀ ਖੁਸ਼ ਖੁਸ਼ ਸੀ ਪੂਰਾ ਜ਼ਿਆਦਾ ਖੁਸ਼ ਨਹੀਂ ਹੋਣਾ ਤੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਠੀਕ ਹੈ ਅੱਛਾ ਲਖਵਿੰਦਰ ਭਾਜੀ ਤੁਹਾਡੇ ਤੋਂ ਪੁੱਛਦੇ ਹਾਂ ਜੀ ਸਲੀਮ ਭਾਜੀ ਦੀ ਟੀਮ ਦਾ ਖਾਤਾ ਤਾਂ ਕੱਲ ਹੀ ਖੁੱਲ ਚੁੱਕਾ ਸੀਗਾ ਔਰ ਅੱਜ ਇੱਕ ਹੋਰ ਹੀ ਬਹੁਤ ਹੀ ਸੁਰੀਲਾ ਅਤੇ ਆਲਾ ਫਨਕਾਰ ਸਲੀਮ ਭਾਜੀ ਦੀ ਟੀਮ 'ਚ ਗਿਆ ਸਾਡੇ ਵੱਲੋਂ ਮੁਬਾਰਕਾਂ ਬਹੁਤ ਬਹੁਤ ਔਰ ਗਾਣੇ ਦਾ ਸਵਾਲ ਹੈ ਜਿੱਥੇ ਤੱਕ ਤੁਸੀਂ ਬਹੁਤ ਸੋਹਣਾ ਗਾਇਆ ਅੱਜ ਅਤੇ ਬਾਕੀ ਘਾਟਾ ਵਾਧਾ ਜ਼ਿੰਦਗੀ 'ਚ ਚੱਲਦਾ ਰਹਿੰਦਾ ਹਾਂਜੀ ਸੋ ਥੈਂਕ ਯੂ ਜਿਉਂਦੇ ਵਾਸਤੇ ਰਹੋ ਸਚਿਨ ਭਾਜੀ ਵੈਰੀ ਗੁੱਡ ਸਿਮਰਨ ਗੋਡ ਬਲੈਸ ਯੂ ਇੱਦਾਂ ਹੀ ਗਾਓ ਵਧੀਆ ਗਾਓ ਐਂਡ ਤੁੰਨ ਕੇ ਥੈਂਕ ਯੂ ਜੀ ਗੋਡ ਬਲੈਸ ਯੂ ਕੀ ਬਾਤ ਹੈ ਸਲੀਮ ਭਾਜੀ ਤੁਸੀਂ ਕਮੈਂਟਸ ਦੇਣੇ ਚਾਹੋਗੇ ਵੈਸੇ ਚੂਜ਼ ਤਾਂ ਤੁਸੀਂ ਕਰੇ ਲਿਆ ਜੀ ਮੁੰਡੇ ਨੂੰ ਆਪਣੀ ਆਈ ਲਵ ਯੂ ਟੂ ਸਰ ਇੱਕ ਕਮੈਂਟ ਹੈ ਮੇਰਾ ਕੀ ਬਾਤ ਹੈ ਜੀ ਰੋਸ਼ਨ ਭਾਜੀ ਬਹੁਤ ਅੱਛੇ ਯਾਰ ਬਹੁਤ ਸੋਹਣਾ ਮੈਨੂੰ ਬੜਾ ਚੰਗਾ ਲੱਗਿਆ ਤੁਸੀਂ ਆਗਾਜ਼ ਪ੍ਰੋਗਰਾਮ ਦਾ ਬੜਾ ਸੋਹਣਾ ਕਰ ਦਿੱਤਾ ਅਤੇ ਸੁਰੀਲਾ ਆਗਾਜ਼ ਹੋਇਆ ਅੱਗੇ ਹੋਰ ਫਨਕਾਰ ਬੈਠੇ ਆ ਸਾਰੇ ਇਹਨਾਂ ਨੂੰ ਵੀ ਸੁਣਨਾ ਬਹੁਤ ਕਮਾਲ ਬਹੁਤ ਸੋਹਣਾ ਥੈਂਕ ਯੂ ਹੋਰ ਮਿਹਨਤ ਕਰੋ ਲੈ ਮਿੱਤਰਾ ਬਹੁਤ ਬਹੁਤ ਮੁਬਾਰਕਾਂ ਤਾੜੀਆਂ ਮਾਰਦੇ ਮੁੰਡੇ ਲਈ ਵੀ ਤੇ ਸਾਹਿਲ ਸਿਮਰਨ ਦਾ ਪਹੁੰਚ ਗਿਆ ਸਲੀਮ ਭਾਈ ਦੀ ਟੀਮ ਸਰਗਮ ਦੇ ਵਿੱਚ ਬਿਲਕੁਲ ਜੀ ਪਰ ਇਸ ਮੁਕਾਬਲੇ ਦੀ ਮਜ਼ੇਦਾਰ ਗੱਲ ਇਹ ਵੀ ਹੈਗੀ ਹੈ ਕਿ ਜਿਹੜੇ ਸਾਰੇ ਕੰਟੈਸਟੈਂਟਸ ਨੇ ਬੇਸ਼ੱਕ ਜੱਜਿਸ ਆਪਣੇ ਵੱਲੋਂ ਚੂਜ਼ ਕਰ ਰਹੇ ਨੇ ਪਰ ਹਰੇਕ ਕੋਈ ਆਪਣੇ ਦਿਲ ਵਿੱਚ ਇਹ ਖੁਆਇਸ਼ ਲੈ ਕੇ ਆਇਆ ਹੋਣਾ ਕਿ ਯਾਰ ਮੈਂ ਇਹਨਾਂ ਦੀ ਟੀਮ ਵਿੱਚ ਜਾਣਾ ਮੈਂ ਇਹਨਾਂ ਦੀ ਟੀਮ ਵਿੱਚ ਜਾਣਾ ਯਾਰ ਗੁਰਜੀਤ ਸਿੰਘ ਇਹੀ ਤਾਂ ਇੰਟਰਸਟਿੰਗ ਟਵਿਸਟ ਹੈ ਇਸ ਮੁਕਾਬਲੇ ਦਾ ਦੇਖ ਕਈਆਂ ਕੰਟੈਸਟੈਂਟ ਨੂੰ ਤਾਂ ਆਪਣੀ ਪਸੰਦ ਦੀ ਟੀਮ ਮਿਲ ਜਾਣੀ ਹੈ ਅਤੇ ਕਈਆਂ ਨੂੰ ਦੂਸਰੇ ਦੀ ਟੀਮ ਦੇ ਵਿੱਚ ਜਾਣਾ ਪਏਗਾ ਬਿਲਕੁਲ ਜੀ ਬਿਲਕੁਲ ਇਸ ਲੋਕ ਗੀਤਾਂ ਵਾਲੀ ਪੀਂਘ ਦੇ ਝੂਟੇ ਆਪਾਂ ਹੋਰ ਲਵਾਂਗੇ ਪਰ ਤੁਸੀਂ ਕਿਧਰੇ ਨਾ ਜਾਇਓ ਜੀ ਵੇਲਾ ਹੋ ਗਿਆ ਬ੍ਰੇਕ ਦਾ ਸੋ ਮਿਲਦੇ ਹਾਂ ਆਪਾਂ ਬ੍ਰੇਕ ਤੋਂ ਬਾਅਦ ਇਹਨਾਂ ਨੇ ਬਹੁਤ ਅੱਛਾ ਗਾਇਆ ਮੈਂ ਤਾਂ ਆਪ ਮਸੀਂ ਬਚਿਆ ਇਮੋਸ਼ਨਲ ਹੋਣ ਤੋਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਇਹ ਹੈ ਸੁਰਾਦੀ ਜੰਝ ਨਾਮ ਹੈ ਜਿਸਦਾ ਪੀਟੀਸੀ ਪੰਜਾਬੀ ਪ੍ਰੈਜ਼ੈਂਟ ਰੋਇਲ ਸਟੈਗ ਵਾਇਸ ਆਫ ਪੰਜਾਬ ਸੀਜ਼ਨ 5 ਸਾਡੇ ਸ਼ੋਅ ਦੇ ਕੋ-ਪ੍ਰੈਜ਼ੈਂਟਰ ਹਨ ਜੀ ਵੈਸਲਿਨ ਤੇ ਅਮੁਲ ਪਾਵਰਡ ਬਾਈ ਕੋਲਗੇਟ ਡੈਂਟਲ ਕਰੀਮ ਸਾਡੇ ਸ਼ੋਅ ਦੇ ਐਸੋਸੀਏਟ ਸਪਾਂਸਰਸ ਨੇ ਆਈਬਾਲ ਐਂਡੀ ਸਮਾਰਟਫੋਨ ESS ਗਲੋਬਲ ਬਜਾਜ ਆਲਮੰਡ ਡ੍ਰੌਪ ਹੇਅਰ ਆਇਲ ਟੈਲੀਕਾਮ ਪਾਰਟਨਰ ਆਈਡੀਆ ਬੈਂਕਿੰਗ ਪਾਰਟਨਰ ਫੈਡਰਲ ਬੈਂਕ ਆਟੋਮੋਬਾਈਲ ਪਾਰਟਨਰ ਮਹਿੰਦਰਾ ਸਕਾਰਪੀਓ ਤੇ ਮਿੱਤਰੋ ਸਾਡਾ ਇਹ ਮੁਕਾਬਲਾ ਪਹੁੰਚ ਚੁੱਕਿਆ ਜੀ ਆਪਣੇ ਤੀਸਰੇ ਦੌਰ ਦੇ ਵਿੱਚ ਤੇ ਅੱਜ ਚੱਲ ਰਿਹਾ ਜੀ ਤੀਸਰੇ ਦੌਰ ਦਾ ਦੂਸਰਾ ਐਪੀਸੋਡ ਜਿਹਦੇ ਵਿੱਚ ਕਿ ਸਾਰੇ ਕੰਟੈਸਟੈਂਟਸ ਪਰਫਾਰਮ ਕਰ ਰਹੇ ਨੇ ਜੀ ਆਪੋ ਆਪਣੀ ਪਸੰਦ ਦੇ ਲੋਕ ਤੇ ਪਰੰਪਰਾਵਾਦੀ ਗੀਤ ਬਿਲਕੁਲ ਦੋਸਤੋ ਬ੍ਰੇਕ ਤੋਂ ਪਹਿਲਾਂ ਸਾਡੇ ਇੱਕ ਕੰਟੈਸਟੈਂਟ ਨੇ ਆਪਣੇ ਲੋਕ ਗੀਤ ਨਾਲ ਹੁਲਾਰਾ ਦਿੱਤਾ ਸੀ ਤੇ ਹੁਣ ਆਪਣੇ ਲੋਕ ਗੀਤ ਦੀ ਲਜ਼ਤ ਲੈ ਕੇ ਆ ਰਹੀ ਹੈ ਜੀ ਸਾਡੀ ਅਗਲੀ ਕੰਟੈਸਟੈਂਟ ਜੋ ਹੈ ਦਿੱਲੀ ਤੋਂ ਜਸਲੀਨ ਕੌਰ ਆਓ ਜੀ ਜਸਲੀਨ ਕੀ ਹਾਲ ਚਾਲ ਬਹੁਤ ਵਧੀਆ ਠੀਕ ਠਾਕ ਜੀ ਕੀ ਬਾਤ ਹੈ ਸੋ ਪੂਰੇ ਸੋਹਣੇ ਲੱਗ ਰਹੇ ਤੁਸੀਂ ਜਸਲੀਨ ਥੈਂਕ ਯੂ ਤੇ ਹੁਣ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਆਪਣਾ ਗੀਤ ਵੀ ਬਹੁਤ ਸੋਹਣਾ ਗਾਓਗੇ ਠੀਕ ਹੈ ਜੀ ਅੱਛਾ ਹੁਣ ਇਹ ਦੱਸੋ ਕਿ ਤੁਸੀਂ ਕਿੰਨੇ ਦੀ ਟੀਮ ਦੇ ਵਿੱਚ ਜਾਣਾ ਚਾਹੁੰਦੇ ਹੋ ਸਚਿਨ ਸਰ ਦੀ ਸਚਿਨ ਸਰ ਦੀ ਅੱਛਾ ਜੀ ਮਤਲਬ ਇਧਰ ਸੁਰਤਾਲ ਦੇ ਵਿੱਚ ਜਾਣਾ ਚਾਹੁੰਦੇ ਨੇ ਅੱਛਾ ਜਸਲੀਨ ਇਸ ਤੋਂ ਪਹਿਲਾਂ ਤੁਸੀਂ ਪਰਫਾਰਮ ਕਰੋ ਆਪਣਾ ਲੋਕ ਗੀਤ ਇਹ ਤੁਸੀਂ ਹੱਥ ਵਿੱਚ ਕੀ ਫੜਿਆ ਅੱਜ ਮੈਨੂੰ ਸਲੀਮ ਸਰ ਨੇ ਕਿਹਾ ਸੀ ਕਿ ਭੈਣੇ ਤੇਰਾ ਬਹੁਤ ਸੋਹਣਾ ਲੱਗਦਾ ਜਿਹੜਾ ਮੈਂ ਪਾਇਆ ਤੇ ਮੈਂ ਸਲੀਮ ਸਰ ਵਾਸਤੇ ਲਿਆਂਦਾ ਹੈ ਓਏ ਹੋਏ 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 ਕੀ ਬਾਤ ਹੈ ਜੀ ਬਿਲਕੁਲ ਬਿਲਕੁਲ ਆਪਾਂ ਨੂੰ ਵੀ ਕੋਈ ਚੀਜ਼ ਪਸੰਦ ਕਰ ਹੀ ਲੈਣੀ ਚਾਹੀਦੀ ਹੈ ਕੀ ਪਤਾ ਆਪਾਂ ਨੂੰ ਵੀ ਕੁਝ ਮਿਲ ਜੇ ਹਾਂ ਆਪਾਂ ਵਕਤ ਦੇਖ ਕੇ ਫਿਰ ਪਸੰਦ ਕਰ ਦਾਂਗੇ ਨਹੀਂ ਚਲੋ ਠੀਕ ਹੈ ਫਿਲਹਾਲ ਆਪਾਂ ਗੀਤ ਸੁਣ ਲਈਏ ਸੁਣਦੇ ਹਾਂ ਠੀਕ ਹੈ ਲੋ ਜੀ ਜਸਲੀਨ ਫਿਰ ਕਿਹੜਾ ਗੀਤ ਤੁਸੀਂ ਪਰਫਾਰਮ ਕਰੋਗੇ ਮੈਂ ਲੋਕ ਗੀਤ ਹੈ ਜਦੋਂ ਸੁਹਾਗ ਦਾ ਜਦੋਂ ਕੁੜੀ ਆਪਣੇ ਘਰੋਂ ਆਪਣੇ ਸਹੁਰੇ ਘਰ ਜਾਂਦੀ ਹੈ ਤੇ ਉਹ ਆਪਣੇ ਮਾਪਿਆਂ ਨੂੰ ਕੀ ਕਹਿੰਦੀ ਹੈ ਮੇਰੇ ਜਿਗਰ ਦਿਆ ਕਰ ਖਾਣਾ ਗਿਲ
जसलीन देखिए फिर आप जजिस तो कि तुम किन्ने टीम के जाने हो तुम बड़े इमोशनल हो गए की चक्कर है की हो कर दी ज्यादा की किन्ने दिन हो गए तुम मम्मी नु मिले आगे 16 डेज अच्छा फिर मम्मा दी सब तो ज्यादा केड़ी चीज तुसी मिस कर दे थे ਉਹਨਾਂ ਦਾ ਜਿਹੜਾ ਜੱਸੂ ਬੋਲਣ ਦਾ ਸਟਾਈਲ ਹੈ ਜੱਸੂ ਆ ਕਰ ਲੈ ਉਹ ਕਰ ਲੈ ਅੱਛਾ ਲਓ ਜੀ ਹੁਣ ਅਸੀਂ ਸਾਰੇ ਨੂੰ ਜੱਸੂ ਬੋਲਾਂਗੇ ਠੀਕ ਹੈ ਜੀ ਨਾਓ ਰਿਲੈਕਸ ਹਾਂਜੀ ਜੱਸੂ ਠੀਕ ਹੈ ਓਕੇ ਜੀ ਸੋ ਸ਼ੁਰੂਆਤ ਕਰਦੇ ਹਾਂ ਸਲੀਮ ਭਾਜੀ ਤੋਂ ਮੈਂ ਜਦੋਂ ਇਹ ਗਾਣਾ ਗਾ ਰਹੀ ਸੀ ਮੇਰੀਆਂ ਅੱਖਾਂ ਕਿਉਂ ਮੈਨੂੰ ਨਜ਼ਰ ਆ ਰਹੀਆਂ ਸੀ ਅਤੇ ਧੀਆਂ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਹੈ ਜਿਹਦੇ ਕੋਲ ਧੀਆਂ ਨੇ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਉਹ ਸਭ ਤੋਂ ਕਿਸਮਤ ਵਾਲਾ ਬੰਦਾ ਹੁੰਦਾ ਹੈ ਅਤੇ ਮੇਰੀ ਗੁਜ਼ਾਰਿਸ਼ ਹੈ ਜਿਹੜੇ ਚੈਨਲ 'ਤੇ ਸਾਨੂੰ ਦੇਖ ਰਹੇ ਨੇ ਟੀਵੀ 'ਤੇ ਦੇਖ ਰਹੇ ਨੇ ਲੋਕ ਕਿ ਧੀਆਂ ਨੂੰ ਆਉਣ ਦਿਓ ਧੀਆਂ ਦੀ ਬਹੁਤ ਜ਼ਰੂਰਤ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਬਿਲਕੁਲ ਜੀ ਸੋ ਇਸ ਕੁੜੀ ਨੇ ਬਾ ਕਮਾਲ ਗਾਇਆ ਥੈਂਕ ਯੂ ਸਰ ਹੁਣ ਆਪਾਂ ਲਖਵਿੰਦਰ ਭਾਜੀ ਤੋਂ ਪੁੱਛਾਂਗੇ ਲਖਵਿੰਦਰ ਜੀ ਕਿਹੋ ਜਿਹੀ ਲੱਗੀ ਇਹਨਾਂ ਦੀ ਗਾਇਕੀ ਇਸ ਗਾਣੇ 'ਚ ਇਮੋਸ਼ਨਸ ਬਹੁਤ ਘੁੱਟ ਘੁੱਟ ਕੇ ਭਰੇ ਹੋਏ ਨੇ ਜਿਨ੍ਹਾਂ ਨੇ ਵੀ ਇਹ ਕੰਪੋਜੀਸ਼ਨ ਬਣਾਈ ਹੈ ਚਾਹੇ ਉਹ ਫੋਕ ਹੋ ਨਿਬੜੀ ਹੈ ਪਰ ਜਿਨ੍ਹਾਂ ਨੇ ਵੀ ਬਜ਼ੁਰਗਾਂ ਨੇ ਮਾਤਾਵਾਂ ਨੇ ਸਾਡੇ ਬਜ਼ੁਰਗਾਂ ਨੇ ਬਣਾਈ ਹੋਏਗੀ ਉਹਨਾਂ ਸਾਰਿਆਂ ਨੂੰ ਮੈਂ ਸਲਿਊਟ ਕਰਦਾ ਔਰ ਇਹਨਾਂ ਨੇ ਬਹੁਤ ਅੱਛਾ ਗਾਇਆ ਮੈਂ ਤਾਂ ਆਪ ਮਸੀਂ ਬਚਿਆ ਇਮੋਸ਼ਨਲ ਹੋਣ ਤੋਂ ਔਰ ਬਹੁਤ ਸੋਹਣਾ ਗਾਇਆ ਤੁਸੀਂ ਜਿਉਂਦੇ ਵਾਸਤੇ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ ਲਖਵਿੰਦਰ ਭਾਜੀ ਮੈਨੂੰ ਗੱਲ ਯਾਦ ਆ ਰਹੀ ਹੈ ਕੱਲ੍ਹ ਦੀ ਗੱਲ ਹੈ ਦੀਪਤੀ ਜਦੋਂ ਸਟੂਡੀਓ ਦੇ ਬਾਹਰ ਸੀ ਉਦੋਂ ਬਹੁਤ ਰੋ ਰਹੀ ਸੀ ਕੀ ਰੀਜ਼ਨ ਸੀਗਾ ਤੁਸੀਂ ਕਿਉਂ ਰੋ ਰਹੀ ਸੀ ਅੱਜ ਦੱਸੋ ਐਕਚੁਲੀ ਮੈਂ ਕਦੇ ਵੀ ਇਕੱਲੀ ਕਿਤੇ ਰਹੀ ਨਹੀਂ ਆ ਮੰਮਾ ਹਮੇਸ਼ਾ ਨਾਲ ਹੁੰਦੇ ਆ ਅਤੇ ਮੈਂ ਕੱਲ੍ਹ ਬਹੁਤ ਜ਼ਿਆਦਾ ਮਿਸ ਕਰਦੀ ਪਈ ਸੀ ਉਹਨਾਂ ਨੂੰ ਅਤੇ ਫੋਨ ਵੀ ਕੀਤਾ ਉਹ ਵੀ ਮੈਨੂੰ ਬਹੁਤ ਉਦਾਸ ਨੇ ਉਹ ਮੇਰੇ ਤੋਂ ਬਿਨਾਂ ਸੋ ਇਮੋਸ਼ਨਲ ਨਹੀਂ ਹੋਣਾ ਇੱਕ ਵਾਰੀ ਸਮਾਈਲ ਕਰ ਦਿਓ ਸਾਰੇ ਲਓ ਜੀ ਹੁਣ ਆਪਾਂ ਸਚਿਨ ਭਾਜੀ ਤੋਂ ਪੁੱਛਦੇ ਹਾਂ ਸਚਿਨ ਭਾਜੀ ਕੀ ਕਹਿਣਾ ਚਾਹੋਗੇ ਇਸ ਗਾਇਕੀ ਦੇ ਬਾਰੇ ਸਭ ਤੋਂ ਪਹਿਲੀ ਵਧਾਈ ਮੈਂ ਕਿੱਟੂ ਭਾਜੀ ਨੂੰ ਦਿੰਦਾ ਜਿਨ੍ਹਾਂ ਨੇ ਗਾਣਾ ਤਿਆਰ ਕਰਾਇਆ ਜਸਲੀਨ ਨੂੰ ਕਿੱਟੂ ਭਾਜੀ ਨੇ ਬਹੁਤ ਮਿਹਨਤ ਕਰਾਈ ਹੈ ਹੁਣ ਤੱਕ ਜਿੰਨੇ ਵੀ ਐਪੀਸੋਡਸ ਅਸੀਂ ਕੀਤੇ ਹੈ ਅਤੇ ਸਭ ਤੋਂ ਵੱਡਾ ਜੋ ਕੰਟਰੀਬਿਊਸ਼ਨ ਹੈ ਇਹਨਾਂ ਸਾਰਿਆਂ ਦੇ ਗਾਣੇ 'ਚੋਂ ਕਿੱਟੂ ਭਾਜੀ ਦਾ ਅਤੇ ਮੇਰੇ ਹਾਂ ਪਰ ਜ਼ੋਰਦਾਰ ਤਾੜੀਆਂ ਕਿੱਟੂ ਭਾਜੀ ਲਈ ਔਰ ਇੱਦਾਂ ਹੀ ਗਾਇਓ ਜਸਲੀਨ ਗੋਡ ਬਲੈਸ ਯੂ ਥੈਂਕ ਯੂ ਸੋ ਮਚ ਕਿਆ ਬਾਤ ਹੈ ਜੀ ਰੋਸ਼ਨ ਭਾਜੀ ਮੈਨੂੰ ਯਾਦ ਹੈ ਜਦੋਂ ਅਸੀਂ ਛੋਟਾ ਚੈਮ ਦੇ ਵਿੱਚ ਇੱਥੇ ਇਕੱਠੇ ਸੀਗੇ ਹਾਂਜੀ ਉਦੋਂ ਇਹੋ ਜਿਹੀ ਮੂਮੈਂਟ ਆ ਗਈ ਸੀ ਜਿਸ ਦੇ ਵਿੱਚ ਤੁਸੀਂ ਬਹੁਤ ਇਮੋਸ਼ਨਲ ਹੋ ਗਏ ਸੀਗੇ ਹਾਂਜੀ ਅਤੇ ਅੱਜ ਫਿਰ ਇਹ ਗੀਤ ਸੁਣ ਕੇ ਕਿਹੋ ਜਿਹਾ ਲੱਗਿਆ ਤੁਹਾਨੂੰ ਦੇਖੋ ਬੀਂਗ ਅ ਫਾਦਰ ਮੇਰੀ ਵੀ ਬੱਚੀ ਹੈ ਮੇਰੀ ਗੁੜੀਆ ਹੈ ਇਹ ਵੈਸੇ ਵੀ ਆਰਟਿਸਟ ਜਿਹੜੇ ਆ ਥੋੜ੍ਹੇ ਜਿਹੇ ਨਰਮ ਦਿਲ ਹੁੰਦੇ ਆ ਅਤੇ ਜਲਦੀ ਇਮੋਸ਼ਨਲ ਹੋ ਜਾਂਦੇ ਆ ਉੱਧਰ ਉਹ ਸਾਰੇ ਫਨਕਾਰ ਬੈਠੇ ਉਹ ਵੀ ਇਮੋਸ਼ਨਲ ਹੋ ਗਏ ਇਹ ਵੀ ਸਾਡੇ ਵੱਡੇ ਵੀਰ ਸਾਰੇ ਇਮੋਸ਼ਨਲ ਹੋ ਗਏ ਪਰ ਇਹ ਜਿਹੜੇ ਇਹ ਭਾਵਨਾ ਹੈ ਇਸ ਗੀਤ ਦੀ ਇਸ ਗੀਤ ਦੇ ਵਿੱਚ ਜੋ ਲਫ਼ਜ਼ ਨੇ ਉਹ ਕਿਸੇ ਪੱਥਰ ਦਿਲ ਨੂੰ ਵੀ ਉਹ ਰੋਣ 'ਤੇ ਮਜਬੂਰ ਕਰ ਦੇਗੀ ਕਿਆ ਬਾਤ ਹੈ ਜੀ ਵਾਕਿਆ ਜੀ ਵਾਕਿਆ ਤੁਸੀਂ ਬਹੁਤ ਅੱਛਾ ਗਾਇਆ ਥੈਂਕ ਯੂ ਸਰ ਤੁਸੀਂ ਵੀ ਸਾਡੀਆਂ ਭੈਣਾਂ ਵਰਗੇ ਹੋ ਛੋਟੀ ਭੈਣ ਹੋ ਧੀਆਂ ਵਰਗੇ ਹੋ ਬਹੁਤ ਬਹੁਤ ਦੁਆਵਾਂ ਤੁਹਾਡੇ ਲਈ ਪਰਮਾਤਮਾ ਤੁਹਾਨੂੰ ਰਾਜ਼ੀ ਰੱਖੇ ਖੁਸ਼ ਰੱਖੇ ਹਮੇਸ਼ਾ ਲਓ ਜੀ ਹੁਣ ਟਾਈਮ ਆ ਗਿਆ ਹੈ ਇਹ ਦੇਖਣ ਦਾ ਕਿ ਤੁਸੀਂ ਕਿੰਨਾ ਦੀ ਟੀਮ ਦੇ ਵਿੱਚ ਜਾਓ ਓ ਸਲੀਮ ਭਾਜੀ ਨੇ ਪਹਿਲਾਂ ਹੱਥ ਖੜਾ ਕਰ ਲਿਆ ਜੀ ਅੱਜ ਸਲੀਮ ਭਾਜੀ ਨੇ ਲੁੱਟ ਮਚਾਈ ਹੋਈ ਹੈ ਜਦ ਮੌਕਾ ਲੱਗਣ ਨਹੀਂ ਦਿੰਦਾ ਕਿਸੇ ਹੋਰ ਨੂੰ ਕਿਉਂਕਿ ਕੱਲ੍ਹ ਭਾਜੀ ਨੇ ਬਹੁਤ ਕਹਿੰਦਾ ਨਾ ਮੈਂ ਚੌਪੀ ਹਾਂ ਹੈ ਨਾ ਤੁਸੀਂ ਕੀ ਹੋ ਅਸੀਂ ਦੋਵੇਂ ਚੌਪੇ ਹਾਂ ਸੋ ਤੁਸੀਂ ਸਲੀਮ ਜੀ ਦੀ ਟੀਮ ਦੇ ਵਿੱਚ ਜਾ ਰਹੇ ਹੋ ਇੱਕ ਵਾਰੀ ਜੱਸੂ ਲਈ ਜ਼ੋਰਦਾਰ ਤਾੜੀਆਂ ਯੈਸ ਵਾਹ ਜੀ ਵਾਹ ਸਾਹਿਲ ਕਿੰਨਾ ਅਮੀਰ ਵਿਰਸਾ ਹੈ ਸਾਡੀ ਕੌਮ ਦਾ ਸ਼ਾਇਦ ਹੀ ਦੁਨੀਆ ਵਿੱਚ ਕੋਈ ਕੌਮ ਹੋਏਗੀ ਜਿਹਦੇ ਕੋਲ ਇੰਨਾ ਵੱਡਾ ਅਤੇ ਇੰਨਾ ਅਮੀਰ ਵਿਰਸਾ ਹੋਏਗਾ ਜਿੰਨਾ ਸਾਡੀ ਪੰਜਾਬੀ ਕੌਮ ਕੋਲ ਹੈ ਬਿਲਕੁਲ ਜੀ ਸੋ ਇਸੇ ਤਰ੍ਹਾਂ ਅਮੀਰ ਵਿਰਸੇ ਦੇ ਲੋਕ ਗੀਤਾਂ ਦਾ ਕਾਫਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਦਾ ਤੁਸੀਂ ਕਿਤੇ ਨੇ ਜਾਣਾ ਜਨਾਬ ਮਿਲਦੇ ਆ ਬ੍ਰੇਕ ਤੋਂ ਬਾਅਦ
ब्रेक तो बाद बेलियो एक बार फिर तुहाडा बहुत बहुत स्वागत है जी जश्ना पर इस महा मुकाबले विच नाम है जिसका पीटीसी पंजाबी प्रेजेंट्स रॉयल स्टैग वॉइस ऑफ पंजाब सीजन 5 साढ़े शो के को प्रेजेंटर्स ने वैसलिन एंड अमूल पावर्ड बाय कोलगेट डेंटल क्रीम वार्डरोब पार्टनर ने जी पेंटालूनस दोस्तों इस खूबसूरत महामंच के उत्ते चल रहे जी लोक ते पारंपरिक गीतों का महामुकाबला ते हुण वारी है जी तीजे कंटेस्टेंट दी ते इहदे लई आ रहा जी रणवीर सिंह जोरदार ताड़ियां क्या बात है जी क्या बात है वाकई जी ये मुंडा मैंने इन्ना घेंट लगता ना जो भी आता स्टेज पर हमेशा स्माइलिंग फेस हों है उस तो यदि मुछा क्या बात है बिल्कुल जी बिल्कुल तो यदि रूह भी बड़ी मिठी जी रूह हैगी है तो बहुत सहज ढंग का यह जिहड़ा मुंडा हैगा जी साडा ते अज फिर किहड़ा गीत पेश कर रहा मित्रा मैं लोक गीत छल्ला गा ते फिर आपां शुरू करदे आ इह सिंगिंग दा मुकाबला बिल्कुल बिल्कुल ते मुकाबला उधर भी होगा कि पहला हाथ कौन खड़ा करदा कि नहीं सो ऑल द वेरी बेस्ट वीरे बेस्ट ऑफ लक रणवीर ठीक ठाक चलिए आप जजिज वाली चलते हैं सीधा ठीक है हाँ जी तो इस तो पहला अपने हाथ खड़े कर जजिज देखो सचिन भाई ने वैसे हिम्मत मारी इस बार सो फाइनली तुसी सचिन भाई की टीम विच आ गए हो सुरताल टीम दे विच थैंक यू खुश आप इदा करते कमेंट्स बाद च लैने पहला आप रोशन भाजी को चल देंगे नहीं जी रोशन भाजी मैं स्वाद ले रहा है गाने का मैं बहुत अच्छा लग रहा है थोड़ी आवाज़ के कशिश हैगी थोड़ी आवाज़ एक अलग तरह की पहरावा उपरों थोड़ा बहुत सोहना छला पूरा फिट है थोड़ा उंगली च थैंक यू वधिया सचिन भाजी तुसी दोबारा गया सीगा कि नहीं थोड़ी टीम विच भी आ गया होना मुंडा टीम च तां मैं पहले ही सोच लिया जदों ने गाना शुरू किया सी मैं उदों दी मेरे दिमाग च स्कीम शुरू हो गई सी कि इहनूं जान नहीं देना कितें होर मैं किसे होर दी टीम च नहीं जान देना मैं ते और गाया भी इहने बहुत अच्छा गाया जूंदा रहा मित्रा आपां वधिया कम करना कि होर भी गॉड ब्लेस यू लखविंदर भाजी की कहना चाहोगे असी चुप हैं ते परफॉर्मेंस बारे की कहना चाहोगे अच्छी सी सो बहुत बढ़िया वीरे तैनू हुण कमेंट्स मिल गए ने टीम तैनू मिल गया सुरताल सचिन भाजी दी सो ऑल द वेरी बेस्ट अगे लई ताड़ियां मार दे मुंडे लई यार
लो जी दोस्तों, एक बार फिर तुहानू दसना चाहवांगे कि तीसरे दौर के दूसरे एपीसोड दे विच चल रहे जी लोक ते पारंपरिक गीत दे महा मुकाबला। ते हुण मुकाबला होर भी इंटरेस्टिंग हुंदा जा रहा क्योंकि अगले जिहड़े पंज कंटेस्टेंट बचे ने वो देखांगे किन्ना किन्ने दी टीम दे विच पहुंचणगे। ते इस दे लई सद्दा दिंदे आ जी अगले कंटेस्टेंट नूं। ते इस दे लई सद्दा दिंदे आ जी आपां दीप्ति मनहास नूं। ਕੀ ਹਾਲ ਚਾਲ ਦੀਪਤੀ? ਬਹੁਤ ਵਧੀਆ। ਠੀਕ ਠਾਕ? ਹਾਂਜੀ। ਹੁਣ ਤਾਂ ਨਹੀਂ ਯਾਦ ਆ ਰਹੀ ਮੰਮਾ ਦੀ? ਨਹੀਂ, ਬਹੁਤ ਆ ਰਹੀ ਹੈ। ਆ ਰਹੀ ਹੈ? ਪਰ ਰੋ ਤਾਂ ਨਹੀਂ ਦੋਗੇ? ਹੈ? ਰੋ ਤਾਂ ਨਹੀਂ ਦੋਗੇ? ਨਹੀਂ ਨਹੀਂ। ਚਲੋ ਫਿਰ ਠੀਕ ਹੈ। ਰਾਈਟ। ਤੇ ਦੀਪਤੀ ਫਿਰ ਕਿਹੜਾ ਲੋਕ ਗੀਤ ਅੱਜ ਪੇਸ਼ ਕਰਨ ਜਾ ਰਹੇ ਹੋ? ਮੈਂ ਵਾਰਿਸ ਸ਼ਾਹ ਦੀ ਹੀਰ ਗਾ ਰਹੀ ਹਾਂ। ਦੀਪਤੀ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬੜੀ ਫੀਲ ਨਾਲ ਤੁਸੀਂ ਇਹ ਗੀਤ ਗਾਇਆ। ਥੈਂਕ ਯੂ। ਤੇ ਮੈਨੂੰ ਤਾਂ ਬਹੁਤ ਮਜ਼ਾ ਆਇਆ। ਹੁਣ ਆਪਾਂ ਦੇਖਦੇ ਹਾਂ ਜੱਜਿਸ ਕੀ ਕਹਿੰਦੇ ਨੇ। ਸਾਹਿਲ, ਇੱਕ ਮਿੰਟ। ਹਾਂਜੀ ਭਾਜੀ, ਮੈਂ ਨਾ ਪਿੱਛੇ ਜੇ PTC ਵਾਸਤੇ ਇੱਕ ਇੰਟਰਵਿਊ ਕਰ ਰਿਹਾ ਸੀਗਾ ਲਖਵਿੰਦਰ ਭਾਜੀ ਦੇ ਨਾਲ। ਅੱਛਾ ਭਾਜੀ। ਤੇ ਉਸ ਦਿਨ ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਮਾਈ ਹੀਰ ਮੀਆਂ ਰਾਂਝੇ ਬਾਰੇ। ਹਾਂਜੀ ਹਾਂਜੀ ਹਾਂਜੀ। ਤੇ ਮੈਂ ਭਾਜੀ ਨੂੰ ਕਿਹਾ ਸੀ, ਮੈਂ ਕਿਹਾ ਤੁਹਾਡੀ ਕੋਈ ਹੀ ਐਲਬਮ ਐਸੀ ਹੋਏਗੀ ਜਿਹਦੇ 'ਚ ਹੀਰ ਦਾ ਜ਼ਿਕਰ ਨਾ ਹੋਵੇ। ਬਿਲਕੁਲ ਜੀ। ਤੇ ਅੱਜ ਮੈਨੂੰ ਮੌਕਾ ਮਿਲਿਆ, ਦੋ ਫਨਕਾਰ, ਅਜ਼ੀਮ ਫਨਕਾਰ ਮੇਰੇ ਸਾਹਮਣੇ ਬੈਠੇ ਆ। ਹਾਂਜੀ। ਇਹ ਬਲਕਿ ਇਹ ਮਾਹੌਲ ਜਦੋਂ ਚੇਂਜ ਹੋ, ਉਸ ਤੋਂ ਪਹਿਲਾਂ ਇਹ ਹੀਰ ਮੈਂ ਇਧਰੋਂ ਸੁਣਨਾ ਚਾਹੂੰਗਾ, ਫਿਰ ਮੇਰਾ ਆਉਣਾ ਸਫਲ ਹੋ ਜਾਣਾ। ਬਿਲਕੁਲ 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 ਭਾਜੀ, ਬਿਲਕੁਲ। ਲਓ ਜੀ ਲਖਵਿੰਦਰ ਭਾਜੀ, ਇੱਕ ਵਾਰੀ ਪਲੀਜ਼। ਮੁੰਦਰਾਂ ਨੇ
ते गल हैंकला अजब सोहाया सुनो चंद जिया वड्डा कद सिरिये दे रूप तुद थी दून सवाया बड़ी मुराद दी सिक्यो सुनू है ते किसे पाग परी चिटक लाया किंग बजा के है नी खड़ा रोवे ते डाडायो उसने रंग मचाया शाह ए फकर ताने है नहीं खाली है ते किसे कारण दे उते क्या बात है, जोरदार ताड़ियां जी। बाकी जी एक बहुत वधिया माहौल इत्थे बन गया। थैंक यू सो मच लखविंदर भाजी, एक करी जोरदार ताड़ियां जी। थैंक यू सो मच जी। पर हुण आपां गल करदे जी दीप्ति दी परफॉर्मेंस दे बारे। सो तुहाडे तों पुछना चाहांगे लखविंदर जी, साहिल दीप्ति ने सानू गाउण ते अपने दिल दीआं भावनावां प्रगटाउण ते मजबूर कीता है, ते फिर माड़ा किदां हो सकता है या कोई कमेंट मेरे ख्याल च हो ही नहीं सकता। बहुत अच्छा गाया तुसीं। थैंक यू जी। सचिन जी, दीप्ति बहुत अच्छा सी, ऑल द बेस्ट। थैंक यू सर। अगे जिन्हां दे भी टीम च जाओ वधिया गाओ। थैंक यू। रोशन जी, मैं तो पहले ही कह चुके हैं जी, कमाल, बहुत सोहना, तुसीं ऐसा रंग बनिया, उस रंग नूं होर रंगिया साडे वीर ने, बहुत कमाल हो गई। थैंक यू, थैंक यू सो मच भाजी। सलीम जी, मैं लखविंदर भाजी ने हाथ खड़ा कर लिया, हुण मैं बिल्कुल ही चुप। राइट जी, सो दीप्ति जा रही है जी लखविंदर जी दी टीम दे विच। सो तुहानू इस लई बहुत बहुत मुबारक जी, ते इस लई एक बारी फिर आपां जोरदार ताड़ियां। वाह साहिल, क्या माहौल बनाया यार लखविंदर भाजी ने हीर गा के, ते दीप्ति ने भी बहुत वधिया गाया। बिल्कुल यार गुरजीत छिया, लै फिर अज दे इस एपीसोड दे विच लोक ते पारंपरिक गीत दे एपीसोड दे विच साढ़े चार कंटेस्टेंट परफॉर्मेंस दे चुके हैं, ते क्यों ना आपां हुण ब्रेक लै लईए। साहिल सॉरी। हाँ जी भाजी। गुरजीत, एक बार फिर थोड़ा मैं इंटरप्ट कर रहा, पर जिवें मजबूरियां बन जांदियां, माहौल बहुत सोहना बनया होया, मेरे वड्डे वीर है तुहाडे तों हथ जोड़ के गुस्ताखी माफ जे तुसीं मैनूं इजाजत दे दिओ, मैं बाकी का एपीसोड टीवी पर देखांगा जी। एक शर्त की
ਤੁਸੀਂ ਲਖਵਿੰਦਰ ਭਾਈ ਤੋਂ ਗਾਣਾ ਗਵਾਇਆ ਹੀਰ ਗਵਾਈ, ਹਾਂਜੀ, ਹੁਣ ਜਿਹੜਾ ਨਵਾਂ ਗਾਣਾ ਆਇਆ ਆਪਣਾ ਦਿਲ ਡਰਦਾ, ਉਹ ਸਾਡੇ ਲਈ ਔਰ ਸਾਡੀ ਆਡੀਅੰਸ ਲਈ ਇੱਥੇ ਸਭ ਧੋਖੇ ਨੇ ਤਕਦੀਰਾਂ ਦੇ ਹਾਲ ਵੇਖ ਲੈ ਹੀਰਾਂ ਦੇ ਧੋਖੇ ਨੇ ਤਕਦੀਰਾਂ ਦੇ ਤੂੰ ਜਦ ਪੁੱਛਦੇ ਪਿਆਰਾਂ ਲਈ ਦਿਲ ਹਾਮੀ ਭਰਦਾ ਏ ਤੈਨੂੰ ਪਿਆਰ ਤਾਂ ਕਰਦੀਆਂ ਵੇ ਦਿਲ ਟੁੱਟਣੋਂ ਡਰਦਾ ਏ ਲੈ ਵੀ ਗੁਰਜੀਤ ਸਿੰਘ ਰੋਸ਼ਨ ਭਾਅ ਜੀ ਇੱਥੇ ਪਰਫਾਰਮੈਂਸ ਦੇ ਚੁੱਕੇ ਨੇ ਅਤੇ ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਨੇ ਅਤੇ ਲੈ ਵੀ ਹੁਣ ਗੱਲ ਬਣਦੀ ਹੈ ਬ੍ਰੇਕ ਦੀ। ਬਿਲਕੁਲ ਜੀ ਬਿਲਕੁਲ, ਮੌਕਾ ਹੋ ਗਿਆ ਹੁਣ ਬ੍ਰੇਕ ਲੈਣ ਦਾ, ਤਾਂ ਫਿਰ ਇੱਦਾਂ ਕਰਦੇ ਹਾਂ ਇਸ ਮੌਕੇ ਨੂੰ ਆਪਾਂ ਛੱਡਦੇ ਨਹੀਂ ਹੈਗੇ, ਬਹੁਤ ਜਲਦੀ ਵਾਪਸ ਆਵਾਂਗੇ, ਤੁਸੀਂ ਕਿਧਰੇ ਨਾ ਜਾਇਓ, ਆਪਾਂ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਮੈਂ ਕੀ ਕਹਾਂ ਯਾਰ, ਮੈਂ ਹਰ ਵਾਰੀ ਜਦੋਂ ਤੁਹਾਡੀ ਪਰਫਾਰਮੈਂਸ ਦੇਖਦਾ ਨਾ ਮੇਰੇ ਦਿਮਾਗ 'ਚ ਗੱਲ ਲੜਕਦੀ ਰਹਿੰਦੀ, ਹੱਸਣ ਵਾਲੀ ਗੱਲ ਨਹੀਂ, ਮੈਂ ਸੀਰੀਅਸਲੀ ਗੱਲ ਕਰ ਰਿਹਾ। ਵੈਲਕਮ ਬੈਕ ਆਫਟਰ ਦ ਬ੍ਰੇਕ। ਇਹ ਹੈ ਜੀ ਸੁਰਾਂ ਦੀ ਜੰਝ, ਨਾਮ ਹੈ ਜਿਸਦਾ PTC ਪੰਜਾਬੀ ਪ੍ਰੈਜ਼ੈਂਟ ਰੋਸਟੈਗ ਵਾਇਸ ਆਫ ਪੰਜਾਬ ਸੀਜ਼ਨ 5 ਤੇ ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਹਨ ਜੀ ਵੈਸਲਿਨ ਤੇ ਅਮੋਲ, ਸਾਡੇ ਸ਼ੋਅ ਦੇ ਵਾਰਡਰੋਬ ਪਾਰਟਨਰ ਨੇ ਜੀ ਪੈਂਟਲੂਨਸ। ਦੋਸਤੋ ਬ੍ਰੇਕ ਤੋਂ ਪਹਿਲਾਂ ਅੱਜ ਦੇ ਇਸ ਐਪੀਸੋਡ ਵਿੱਚ ਜਿਸ ਦੇ ਵਿੱਚ ਅਸੀਂ ਲੋਕ ਤੇ ਪਾਰੰਪਰਿਕ ਗੀਤ ਕੰਟੈਸਟੈਂਟ ਸੁਣ ਰਹੇ ਹਾਂ, ਇੱਥੇ 4 ਕੰਟੈਸਟੈਂਟ ਆਪਣੀ ਪਰਫਾਰਮੈਂਸ ਦੇ ਚੁੱਕੇ ਸੀ ਤੇ ਹੁਣ ਅਸੀਂ ਸੱਦਾ ਦੇਣੇ ਜੀ ਅਗਲੇ ਕੰਟੈਸਟੈਂਟ ਜੋ ਕਿ ਆ ਰਿਹਾ ਹੈ ਬੈਨੇਟ ਦੋਸਾਂਝ। ਕਿੱਦਾਂ ਵੀ ਬੈਨਟ, ਕਿਸੇ ਦਾ ਬੋਨਟ ਤੇ ਕਿਸੇ ਦਾ ਬੁਲਟ, ਅੱਜ ਫਿਰ ਬੁਲਟ ਕੀ ਪੇਸ਼ ਕਰ ਰਿਹਾ? ਜੋਗੀ ਉੱਤਰ ਪਹਾੜੋਂ ਆਏ ਚਾਖੇ ਦੀ ਕੂਕ ਸੁਣ ਕੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬੰਦੇ ਹੋ ਰੰਗ ਫਿਰ, ਠੀਕ ਹੈ ਨਾ।
ਕਿੱਦਾਂ ਬੈਨਟ? ਠੀਕ ਠਾਕ? ਹਾਂਜੀ, ਜੋ ਸੋਚਿਆ ਉਹੀ ਗਾਇਆ ਫਿਰ? ਹਾਂਜੀ. ਚਲੋ ਆਪਾਂ ਜੱਜਿਸ ਤੋਂ ਪੁੱਛਦੇ ਹਾਂ. ਸਲੀਮ ਭਾਜੀ, ਤੁਹਾਡੇ 'ਚ ਸ਼ੁਰੂਆਤ ਕਰਦੇ ਹਾਂ ਜੀ. ਥੈਂਕ ਯੂ ਸਰ. ਕਿਆ ਬਾਤ ਹੈ ਜੀ, ਕਿਆ ਬਾਤ ਹੈ. ਅਤੇ ਸਲੀਮ ਭਾਜੀ, ਇਹ ਟੀਮ ਵਿੱਚ ਤਾਂ ਤੁਹਾਡੀ ਆ ਗਿਆ, ਕਮੈਂਟਸ ਕੀ ਦੇਣਾ ਚਾਹੋਗੇ? ਬੈਨਟ ਦੋਸਾਂਝ, ਇਹਨੇ ਬਹੁਤ ਅੱਛਾ ਗਾਇਆ. ਔਰ ਨੁੱਕਰਾਂ, ਜਿਹੜੀ ਗਾਣੇ 'ਚ ਨੁੱਕਰਾਂ ਹੁੰਦੀਆਂ ਨੇ, ਜਿੱਦਾਂ ਸੁਰ ਟੱਚ ਕਰਦੇ ਹਾਂ ਜਿੱਦਾਂ ਉੱਤੇ, ਕਈ ਵਾਰੀ ਉਹ ਆਵਾਜ਼ ਕਰੈਕ ਹੋ ਜਾਂਦੀ ਹੈ, ਉਹ ਵੀ ਉਹਦੇ ਤੋਂ ਵੀ ਬਚਿਆ ਇਹ. ਔਰ ਉਹਨੂੰ ਬਹੁਤ ਖੂਬਸੂਰਤੀ ਨਾਲ ਉਸ ਚੀਜ਼ ਨੂੰ ਇਹਨੇ ਕਵਰ ਕਰਕੇ ਗਾਇਆ. ਜਿਉਂਦਾ ਰਹੇ. ਥੈਂਕ ਯੂ ਜੀ. ਲਖਵਿੰਦਰ ਭਾਜੀ, ਬਹੁਤ ਸੋਹਣਾ ਅੱਜ ਪਰਫਾਰਮੈਂਸ, ਬਹੁਤ ਵਧੀਆ ਸੀਗੀ. ਜਿਉਂਦੇ ਵਾਸਤੇ ਥੈਂਕ ਯੂ. ਅਤੇ ਸਚਿਨ ਭਾਜੀ, ਬਹੁਤ ਸੋਹਣਾ ਗਾਇਆ. ਇਸੇ ਤਰੀਕੇ ਨਾਲ ਗਾਣਾ ਹਮੇਸ਼ਾ ਅੱਗੇ. ਸਲੀਮ ਭਾਜੀ ਦੀ ਟੀਮ 'ਚ ਤੁਸੀਂ ਸਿਲੈਕਟ ਹੋਇਓ, ਅਤੇ ਇਹ ਤੁਹਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਕਿ ਤੁਸੀਂ ਇਹਨਾਂ ਦੀ ਟੀਮ 'ਚੋਂ. ਔਰ ਐਸਾ ਗੁਰੂ ਜੇ ਤੁਹਾਨੂੰ ਮਿਲੇਗਾ ਤਾਂ ਕਿਆ ਹੀ ਬਾਤ ਹੈ. ਤਾਂ ਮਿੱਤਰਾਂ, ਮੁਬਾਰਕਾਂ, ਤੁਸੀਂ ਸਰਗਮ ਟੀਮ ਵਿੱਚ ਆ ਗਏ ਹੋ ਸਲੀਮ ਭਾਈ ਦੀ. ਅਤੇ ਅੱਗੇ ਹੁਣ ਗੱਡ ਕੇ ਹੋਰ ਤਿਆਰੀ ਕਰਿਓ. ਆਲ ਦਾ ਬੈਸਟ. ਤਾੜੀਆਂ ਮਾਰਦੇ ਬਈ. ਥੈਂਕ ਯੂ. ਕਿਆ ਬਾਤ ਹੈ ਯਾਰ ਗੁਰਜੀਤ, ਕਿਆ ਮਾਹੌਲ ਬਣਾ ਦਿੱਤਾ ਇਹਨਾਂ ਕੰਟੈਸਟੈਂਟ. ਬਿਲਕੁਲ, ਕੋਈ ਸ਼ੱਕ ਨਹੀਂ ਹੈਗੀ ਸਾਹਿਲ. ਗੱਲ ਇੱਦਾਂ ਹੈ ਜੀ ਕਿ ਲੋਕ ਗੀਤਾਂ ਵਿੱਚ ਪੂਰੀ ਜ਼ਿੰਦਗੀ ਦੀ ਤਸਵੀਰ ਨਜ਼ਰ ਆਉਂਦੀ ਹੈ. ਬਿਲਕੁਲ ਜੀ, ਇਸ ਜ਼ਿੰਦਗੀ ਦੀ ਖੂਬਸੂਰਤ ਤਸਵੀਰ ਅਸੀਂ ਦੇਖ ਰਹੇ ਹਾਂ ਲੋਕ ਗੀਤਾਂ ਰਾਹੀਂ. ਸੋ ਇਸੇ ਨੂੰ ਅਸੀਂ ਅੱਗੇ ਵਧਾਉਂਦੇ ਹਾਂ ਅਤੇ ਕੰਟੈਸਟੈਂਟ ਨੰਬਰ 6 ਨੂੰ ਸੱਦਾ ਦਿੰਦੇ ਹਾਂ, ਜੋ ਆ ਰਹੀ ਹੈ ਨੇਹਾ ਸ਼ਰਮਾ. ਨੇਹਾ, ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਬਹੁਤ ਵਧੀਆ ਜੀ. ਤਿਆਰੀ ਫਿਰ ਅੱਜ? ਹਾਂਜੀ ਬਿਲਕੁਲ. ਲੋਕ ਗੀਤਾਂ ਵਾਲਾ ਇਹ ਮੁਕਾਬਲਾ ਹੈਗਾ, ਸਾਰਿਆਂ ਦੇ ਗੀਤ ਤੁਸੀਂ ਸੁਣ ਚੁੱਕੇ ਹੋ ਤਕਰੀਬਨ ਤਕਰੀਬਨ ਕਿਹੜੇ? ਹਾਂਜੀ. ਤੇ ਆਪਣੇ ਵੱਲੋਂ ਅੱਜ ਕਿਹੜਾ ਲੋਕ ਗੀਤ ਪੇਸ਼ ਕਰ ਰਹੇ ਹੋ? ਮੈਂ ਰੱਤੀ ਤੇਰੀ ਤੇ ਢੋਲ ਮੇਰੇ ਲੂੰਗੀ ਓਏ. ਬੈਸਟ ਆਫ ਲੱਕ. ਥੈਂਕ ਯੂ. ਆਲ ਦਾ ਬੈਸਟ. ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਨੇਹਾ ਸ਼ਰਮਾ. ਹੈ, ਥੈਂਕ ਯੂ. ਵਧੀਆ ਲੱਗਿਆ ਪਰਫਾਰਮ ਕਰਕੇ? ਸੱਚੀ? ਹੈ, ਚਲੋ ਬਹੁਤ ਵਧੀਆ. ਅੱਛਾ, ਹੁਣ ਆਪਾਂ ਜੱਜਿਸ ਤੋਂ ਪੁੱਛਦੇ ਹਾਂ ਕਿ ਉਹ ਤੁਹਾਡੀ ਪਰਫਾਰਮੈਂਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ. ਜੀ ਬਿਲਕੁਲ. ਰਾਈਟ, ਸ਼ੁਰੂਆਤ ਕਰਦੇ ਹਾਂ ਲਖਵਿੰਦਰ ਭਾਜੀ ਤੋਂ. ਨੇਹਾ, ਹਾਂਜੀ ਸਰ, ਤੁਸੀਂ ਬਹੁਤ ਸੋਹਣਾ ਗਾਉਂਦੇ ਹੋ. ਥੈਂਕ ਯੂ. ਬੜੀ ਸਵੀਟ ਤੁਹਾਡੀ ਵੌਇਸ ਹੈ. ਅੱਜ ਵੀ ਤੁਸੀਂ ਬਹੁਤ ਸੋਹਣਾ ਪਰਫਾਰਮ ਕੀਤਾ, ਹਮੇਸ਼ਾ ਦੀ ਤਰ੍ਹਾਂ. ਔਰ ਉਮੀਦ ਹੈ ਅੱਗੇ ਵੀ ਬਹੁਤ ਸੋਹਣਾ ਪਰਫਾਰਮ ਕਰੋਗੇ. ਔਰ ਇਸ ਦੇ ਨਾਲ ਹੀ ਮੇਰੀ ਇੱਕ ਹੋਰ ਗੱਲ ਮੰਨੋਗੇ. ਕਿਆ ਬਾਤ ਹੈ. ਲਓ ਜੀ, ਹੁਣ ਤੁਸੀਂ ਹੋ ਲਖਵਿੰਦਰ ਭਾਜੀ ਦੀ ਟੀਮ ਦੇ ਵਿੱਚ. ਮੁਬਾਰਕਾਂ ਭਾਜੀ. ਸਲੀਮ ਜੀ, ਮੈਂ ਕੀ ਕਹਾਂ ਯਾਰ, ਮੈਂ ਹਰ ਵਾਰੀ ਜਦੋਂ ਤੁਹਾਡੀ ਪਰਫਾਰਮੈਂਸ ਦੇਖਦਾ ਨਾ, ਮੇਰੇ ਦਿਮਾਗ 'ਚ ਗੱਲ ਲੜਕਦੀ ਰਹਿੰਦੀ. ਹੱਸਣ ਵਾਲੀ ਗੱਲ ਨਹੀਂ, ਮੈਂ ਸੀਰੀਅਸਲੀ ਗੱਲ ਕਰ ਰਿਹਾ.
बहुत अच्छा बहुत अच्छा गाया अच्छा। सब तो अच्छा मैंने यदि आवाज़ से एक चीज़ लगती है ये जो ये हरकत लेंदी ना हो गया अज तर वो खटका यदि आवाज़ से मैं अच्छा लगता वो स्वादी बन जाता गाना वो थोड़े से एक खासियत मालिक ने दी है उन्होंने होर तैयार करो जी देर थैंक यू सर थैंक यू सो मच सलीम जी सचिन जी अच्छा सी नेहा तुसी लखविंदर भाई की टीम छो तो इन्हों की गाइडेंस वधिया मेहनत करके अपना नाम रोशन करो इन्हों का नाम रोशन करो गॉड ब्लेस यू चलो ठीक है जी थैंक यू सो मच अजी लो जी नेहा लिए करी जोरदार ताड़ियाँ साहिल देख किन्ना सादगी भरिया ते किन्ना सच्चा है साडा सभ्याचार हाँ जी सच्चे इश्क दे सादगी भरे सवाल का जवाब भी बहुत ही मिठा ते सादगी भरिया हुंदा है आशिक कहिंदा है तैनू बेरियां दे झुंड चों बुलावां नी छेती छेती आ जा गोरीए ते उहनू अग्गों जवाब मिलदा है वे मैं किहड़े बहाने आवां कि बेरियां दे बेर मुक गए वाह वी वाह गुरजीत साहिब बिल्कुल सही कहा यार तू लोग ते पारंपरिक गीतां वाले मिठे बेरां दा स्वाद असीं इसे तरह लैंदे रहांगे जी वेला हो गया जी ब्रेक दा सो मिलदे आ ब्रेक तों बाद मेहनत करो क्योंकि मेहनत का कोई सब्सटीट्यूट है नहीं जे मेहनत नहीं होएगी गाना अच्छा नहीं होएगा इत्थे ते एलिमिनेट एक बारी होए से दोबारा भी हो सकते हो ब्रेक तो बाद बेलियो एक बार फिर तुहाडा बहुत बहुत स्वागत है जी सुरताल दे इस खूबसूरत महा मुकाबले विच नाम है जिसका पीटीसी पंजाबी प्रेजेंट्स रॉयल स्टैग वॉइस ऑफ पंजाब सीजन 5 साडे वार्डन ने स्पॉन्सर किया है जहां पनाने आशीर्वाद रजौरी गार्डन न्यू दिल्ली सीओ ब्राइडल स्टूडियो माही डिजाइन स्टूडियो बाय मुकेश मेहरा अमृतसर ने लो जी फिर अगे आ रहा जी इस माहौल नु महकाउण दे लई मोहाली शहर दा मोहन हसन जोरदार ताड़ियां क्या बात है मोहन क्या बात है क्या पहरावा पाया क्या लग रहा है मुंडिया बहुत बढ़िया थैंक यू ते मोहन फिर आज केड़ा लोक गीत लेके आ रहे हैं जी मैं बक्की सुना रहा मिर्जा अच्छा है क्या बात है जी क्या बात है बेस्ट विशेस चख दियो एलिमिनेट होने तो बाद तैनू फिर मौका मिलया सीगा अज हां जी अज खुल के गाया हां जी हां जी बिल्कुल अपने वालों कोशिश की है पहला एक बार तेरे चेहरे ते उदासी आ गई जी जदों एलिमिनेट होया सी इत्थों जी जी बिल्कुल ते पुछिए फिर जजेस नु आपा जी लखविंदर भाजी तुहाडे तों शुरुआत करदे हां जी मोहन हसन बहुत ही सुरीले आर्टिस्ट ने
सुरीले फनकार ने जिदा दा गाँवे ने उदा का तो गाना नहीं सीगा ज़्यादा तो नहीं कह सकते जिन्ना कि उन्ना क ठीक सी मतलब ज़्यादा कोई अच्छे की गुंजाइश तो नहीं है मेरे को। बहरहाल एक मैं गल कहनी चाहवागा कि मिर्जे की बक्की गाई है ये तीन भैन भरा हुए ने जेडे अरशा तो उतरे से दंद कथा है लोगों की सुनी मिथी है कि कक्की जी लखदाता लाला वाले पीर दिल अरशा तो उतरी सी और बक्की मिर्जे के हिस्से आई सी सच्चे पाक आशक सन और जिहड़ा नीला वो गुरु गोबिंद सिंह महाराज जी के लिए आया से अरशा तो ये तीन भैन भरा हुए ने कक्की बक्की ते नीला ये थोड़ी नॉलेज लिए मैं दस्या। क्या बात है, थैंक यू सो मच भाई, जोरदार ताड़ियाँ कि तुसी साडा इन्ना ज्ञान वधाउने हो जी अपने कॉमेंट्स के नाल नाल कॉम्प्लीमेंट्स के नाल नाल। सचिन भाजी तुसी की कहना चाहोगे जी? मैं मोहन नूं बस यही कहना चाहूँगा कि मोहन ये सुनहरी मौका थोनों दोबारा मिलिया इनू अपने हथों गवाओ ना, मेहनत करो क्योंकि मेहनत का कोई सब्सटीट्यूट है नहीं, जे मेहनत नहीं होएगी गाना अच्छा नहीं होएगा इत्थे ते एलिमिनेट एक बारी होए से दोबारा भी हो सकते हो। इनू ठीक कर दिने बिल्कुल, इनू ठीक कर दिने लो जी लो, क्या बात है, थैंक यू सर, ठीक कर लेंगे इनू कोई गल। सरगम सलीम भाई जी टीम विच तुसी चुने गए हो, मैं मोहन नूं ये कहांगा कि तुसी थोड़ा जे वीक गाए इन्हां नूं दसना है कि हुण असीं वीक नहीं हैगे असीं ठीक हैगे हां, ठीक है, ठीक है। थैंक यू सो मच जजेस ते मित्रा बहुत बहुत मुबारक कंग्रेचुलेशन कि तुसी सरगम सलीम भाई की टीम में चुने गए हो, ताड़ियां मार दे मुंडे लई भी। साहिल सियाने अक्सर कहंदे हुंदे ने कि जे कोई कदे उदास होवे ना तां उहनूं हीर रांझा सोहणी महिवाल सस्सी पुन्नू वर्गे अमीर विरसे वाले किस्से पढ़ लेने चाहिए ने तो उन्होंने उदासी जमी दूर हो जाती है। बिल्कुल यार गुरजीत, नाले मैं ये भी सुने कि सोनी कच्चे घड़े ते तैर के गई सी महिवाल नू मिलन ते महिवाल ने अपने पट दा मास पकाया सी सोनी वास्ते। बिल्कुल साहिल बिल्कुल, जिहड़ा ये इश्क हकीकी हुंदा ना ये बहुत ही ऊंचा ते बहुत ही सच्चा इश्क हुंदा, पर जिहड़ा अजकल दा इश्क है इहदे बारे वैसे तां सारे जानदे ही ने जी, अजकल कुड़ी मुंडे नू कहिंदी है कि साडा इश्क है अप टू डेट, असी कमलिया वांगू करना नहीं, सहबा वांगू करना नहीं, सोहनी वांगू मरना नहीं, वो मैं क्या सोहणिया सजना असी कच्चिया घड़िया ते कदे तरना नहीं, मोटर बोट होएगी तो आवांगी जरूर, चाननिया रातों विच मेरा की कसूर। क्या बात है जी, क्या बात है, वाकई यार गुरजीत सिंह इश्क हकीकी वर्गी कोई गल ही नहीं यार। बिल्कुल साहिल, इश्क हकीकी वर्गे इन्हों लोक गीतों नूं आपां एक बार फिर तो इत्थे सुणांगे। दोस्तों तुसी किधर ना जायो, आपां बस हुणी गए ते हुणी वापस आए, सो मिलदे आ जी ब्रेक तों बाद। तुसी अपने गाने ते ना वर्क करो, ये वॉइस ऑफ पंजाब है, नच ब्रेक तो बाद एक बार फिर तुहाडा बहुत बहुत स्वागत करते हैं जी। ए सुरा दी जंज नाम है जिसका पीटीसी पंजाबी प्रेजेंट रॉयल स्टैग वॉइस ऑफ पंजाब सीजन 5 ते साडे इस खूबसूरत मुकाबले नु स्पॉन्सर कीता है जी जहां पना आशीर्वाद राजौरी गार्डन दिल्ली सीओ ब्राइडल स्टूडियो ते नाल दी नाल माही डिजाइन स्टूडियो बाय मुकेश मेहरा अमृतसर। बिल्कुल जी, तो इन मुंडे कुड़िया ने अपने लोक गीतों नाल इस माहौल नूं इस तरह बना दिता है जिवें पिंड की किसी हवेली के वेड़े दे विच विआह वाली ढोलकी वज रही होवे, दादके ते नानकियां दा मुकाबला चल रहा होवे सिठणियां देण दा। क्या बात है जी, क्या बात है, इस माहौल दे विच होर रंग भरन दे लई साडे अज दे मुकाबले की आखिरी कंटेस्टेंट आ रही है जी, जम्मू शहर की लंबी लंजी मुटियार, नाम है जी अंजशा शर्मा, जोरदार ताड़ी नाल स्वागत करियो। ਕੀ ਹਾਲ ਚਾਲ ਅੰਜਸ਼ਾ ਜੀ? ਬਹੁਤ ਵਧੀਆ, ਤੁਸੀਂ ਦੋਨੋਂ ਦੱਸੋ? ਅਸੀਂ ਬਹੁਤ ਵਧੀਆ, ਬਹੁਤ ਵਧੀਆ ਹੈ। ਤੁਸੀਂ ਕਿਹੜਾ ਗੀਤ ਇੱਥੇ ਗਾਣ ਵਾਲੇ ਹੋ? ਜੀ ਮੈਂ ਫੋਕ ਸਟਾਈਲ ਹੀਰ ਦੀ ਗਲੀ ਗਾਣਾ ਹੈ ਅੱਜ। ਚਲੋ ਬਹੁਤ ਵਧੀਆ ਜੀ, ਫਿਰ ਚੱਕ ਦਿਓ ਫੱਟੇ, ਠੀਕ ਹੈ ਜੀ, ਥੈਂਕ ਯੂ, ਬੈਸਟ ਵਿਸ਼ੇਸ, ਥੈਂਕ ਯੂ ਸੋ ਮਚ, ਆਲ ਦਾ ਵੈਰੀ ਬੈਸਟ, ਥੈਂਕ ਯੂ, ਥੈਂਕ ਯੂ।
क्या बात बड़ा ही जोर लगाया है गायकी दे विच बिल्कुल थैंक यू बाकी जी बहुत मजा आया मेनू तो बहुत मजा आया जी ये गीत सुन के ते हुण आपां जजेस तो पुछदे हां उहनां नूं किहो जिहा लग्गिया शुरुआत करदे हां लखविंदर भाजी तो बहुत सोहणी परफॉर्मेंस सीगी बाकी जिहड़ा कोई घाटा वाधा रह गया वह सचिन भाजी की टीम च तुसीं चले गए हो ते घाटे वाधे सारे भाजी होरां ने पूरे कर देने हैं उम्मीद है तुसीं बहुत सोहणा परफॉर्म करोगे आने वाले समय च थैंक यू जिंदे वास्ते रहो थैंक यू जी थैंक यू सो मच सलीम जी तुसीं अपने गाने ते ना वर्क करो ये वॉइस ऑफ पंजाब है नचना ठीक है नाल डांस करो एक्सप्रेशन सब कुछ ठीक है उन चीज़ों के भी नंबर लगते हैं पर मेन चीज़ है गाना सो अच्छा गाया करो थैंक यू सो मच सलीम जी सचिन जी अंजुशा बहुत ब्रॉड वॉइस चाहिए है इस गाने के लिए तो यह गाना तो हड़े टेंपरामेंट का नहीं सब सी बट ठीक है तुसी कोशिश की अटैम्प्ट किया नॉट बैड बट ये तो काफ़ी बेहतर तुसी कर सकते हो तो बस अगे वधिया करो मेहनत करो तो देखते हैं कि बनता राइट थैंक यू सो मच जजिस थैंक यू सो मच अंजुशा प्लीज थैंक यू लवी गुरजीत सिंह सो टीम्स इतने बन चुकी ने ऑलरेडी तीन टीम्स दे विच पांच पांच कंटेस्टेंट्स पहुँच चुके हैं तो हम आप जजिस तो पुछते हैं जजिस फिर तुम तीन टीम्स बना लिया ने हूँ दसो अगे फिर की तैयारी है तैयारी एज सच साहिल कुछ अपना अपना एक स्टाइल होंगे हर बंदे का कम कर मेरा अपना स्टाइल है इन्हों का अपना स्टाइल है सलीम का अपना स्टाइल है बिल्कुल जी तो अपने अपने तरीके नाल कोशिश करा इन तो कुछ अच्छा गवा सकी बाकी किटू भाजी साढ़े नाल है ही है तो उन्होंने हमेशा साढ़े नाल ही रहना तो मेन किटू भाजी रहेंगे साडा रंग हल्का हल्का जहा बस इन्हों के अंदर नजर आएगा क्या बात है जी जो मेन रंग है वह किटू भाजी का ही होएगा फिर भी ठीक है जी राइट जी सो थैंक यू सो मच जी बहुत बहुत धन्यवाद तुहाडा सारयां दा जी मित्रों पीटीसी पंजाबी प्रेजेंट्स रॉयल स्टैग वॉइस ऑफ पंजाब सीजन 5 दे तीसरे दौर दे दूसरे एपीसोड दे खत्म होने दे नाल नाल ही साडे जजेस ने पांच पांच कंटेस्टेंट नु चुन लिया जी आप अपनी टीम वास्ते बिल्कुल जी अगले एपीसोड दे विच सचिन जी दी टीम सुरताल ते सलीम जी दी टीम सरगम दे विचकार होएगा डिफरेंट डिफरेंट मूड्स ते लोकगीतां दा शानदार मुकाबला इन्हों मुकाबलों का लुत्फ तुम उठाते रहो जी सोमवार तो लैके शुक्रवार तक तो फिलहाल सानू दियो इजाजत ते तुम वेखते रहो पीटीसी पंजाबी ते हसते रहो खेडते रहो मौजा मनाते रहो खुशियां मनाते रहो एक गल याद रखना जी ए है सुरा दी जंज नाम है जिसका पीटीसी पंजाबी प्रेजेंट्स रॉयल स्टैग वॉइस ऑफ पंजाब सीजन 5